ਸੁਖੀ ਬੈਂਸ ਜੀ ਕੀ ਹਾਲ ਚਾਲ ਨੇ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਦਾਂ ਬਹੁਤ ਵਧੀਆ ਠੀਕ ਠਾਕ ਆ ਮੈਂ ਇਹ ਸਾਹਮਣੇ ਬਿਲਡਿੰਗ ਦੇਖ ਰਿਹਾ ਸੀ ਤੇ ਮੈਨੂੰ ਐਂ ਲੱਗਦਾ ਕਿ ਤੁਸੀਂ ਇਹ ਕਿਤੇ 2 ਕੁ ਮਹੀਨਿਆਂ ਲਈ ਬਣਾਈ ਆ ਤੇ 2-3 ਮਹੀਨਿਆਂ ਬਾਅਦ ਫਿਰ ਅਸਲੀ ਜਿਹੜੀ ਬਿਲਡਿੰਗ ਬਣਾਉਣੀ ਸ਼ੁਰੂ ਕਰਨੀ ਇੱਟਾਂ ਬੱਜਰੀ ਸੀਮੈਂਟ ਨਾਲ ਨਹੀਂ ਭਾਜੀ ਇਹ ਆਪਾਂ ਨਵੰਬਰ ਦਾ ਕੰਮ ਸ਼ੁਰੂ ਕੀਤਾ ਆ ਨਹੀਂ ਪਰ ਇਹ ਤਾਂ ਤੁਸੀਂ ਫਿਰ ਆ ਤਾਂ ਗੱਤਾ ਜਾਂ ਲੱਕੜ ਜੀ ਲੱਗਦੀ ਹੈ ਤੁਸੀਂ ਬਣਾ ਕੇ ਦੇਖਦੇ ਆ ਵੀ ਇਦਾਂ ਦੀ ਬਣਾਉਣੀ ਨਹੀਂ 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 ਇਹ ਐਕਚੁਅਲ ਬਿਲਡਿੰਗ ਹੈ ਇਹ ਦੇਖੋ ਮੇਰੀ ਗੱਲ ਸੁਣੋ ਜ਼ਿਲ੍ਹਾ ਹੁਸ਼ਿਆਰਪੁਰ ਹੈ ਪਿੰਡ ਕੋਟਲਾ ਨੌਦ ਸਿੰਘ ਹੈ ਹਾਂਜੀ ਤੁਸੀਂ ਮੈਂ ਪੁੱਛੂੰਗਾ ਕਦੋਂ ਦੇ ਆਏ ਆ ਪਰ ਮੈਨੂੰ ਤਾਂ ਐਂ ਲੱਗਦਾ ਵੀ ਜਦੋਂ ਆਪਾਂ ਪੰਜਾਬ ਦੇ ਵਿੱਚ ਕੋਈ ਬਿਲਡਿੰਗ ਬਣਾਈ ਦੀ ਨਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਇੱਟਾਂ ਆਉਂਦੀਆਂ ਹਾਂਜੀ ਫਿਰ ਬਜਰੀ ਆਉਂਦੀ ਆ ਸੀਮੈਂਟ ਤੇ ਸਰੀਆ ਆਉਂਦਾ ਆ ਅਸੀਂ ਅੱਧੀ ਸੜਕ ਅੱਧੀ ਗਲੀ ਜਿਹੜੀ ਉਹ ਰੋਕ ਦੇਈਦੀ ਆ ਠੀਕ ਹੈ ਪਰ ਆ ਲੱਕੜ ਲੁੱਕੜ ਵਾਲਾ ਕੰਮ ਤਾਂ ਬਾਅਦ ਚ ਹੁੰਦਾ ਕਿ ਤਾਕੀਆਂ ਤੁਕੀਆਂ ਕਦੋਂ ਲਾਉਣੀਆਂ ਪਰ ਤੁਸੀਂ ਆ ਲੱਕੜ ਦਾ ਕੀ ਖੜੀ ਕਰੀਏ ਨੇ ਫਰੇਮ ਜਿਆ ਭਾਜੀ ਸਾਡੇ ਇੱਥੇ ਕੈਨੇਡਾ ਵਿੱਚ ਜਿਹੜੀ ਬਿਲਡਿੰਗਾਂ ਮੋਸਟਲੀ ਬਣਦੀਆਂ ਲੱਕੜ ਦੀਆਂ ਇੱਟਾਂ ਨਹੀਂ ਲਾਉਂਦੇ ਇੱਟਾਂ ਨਹੀਂ ਲਾਉਂਦੇ ਫਿਰ ਤੇ ਇੱਕ ਮੰਜ਼ਲ ਦੀ ਬਣਦੀ ਹੋਣੀ ਆ ਨਹੀਂ ਨਹੀਂ ਹੁਣ ਤਾਂ ਵੈਸੇ ਬੀਸੀ ਗਵਰਨਮੈਂਟ ਨੇ 12 ਮੰਜ਼ਲ ਤੱਕ ਪ੍ਰੋਵਾਈਡ ਕਰਤੀਆਂ ਵੀ ਤੁਸੀਂ 12 ਮੰਜ਼ਲ ਤੱਕ ਲੱਕੜ ਦੀ ਬਿਲਡਿੰਗ ਬਣਾ ਸਕਦੇ ਹੋ ਦੇਖੋ ਮੈਨੂੰ ਬਿਲਕੁਲ ਇਸ ਗੱਲ ਤੇ ਯਕੀਨ ਨਹੀਂ ਤਾਂ ਜੇ ਤਾਂ ਅੱਜ ਕੋਟਲਾ ਨੌਦ ਸਿੰਘ ਦਾ ਸੁਖੀ ਬੈਂਸ ਅੱਜ ਮੈਨੂੰ ਜਾ ਕੇ ਅੰਦਰ ਦਿਖਾਏ ਤਾਂ ਚੰਗਾ ਹਾਂਜੀ ਲਓ ਜੀ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਤੇ ਆਪਾਂ ਨੂੰ ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਹੈਗੀ ਇੱਥੇ ਸੇਫਟੀ ਦੀ ਨਹੀਂ ਤੁਸੀਂ ਮਾਲਕ ਨਹੀਂ ਮੈਂ ਮਾਲਕ ਆ ਤਾਂ ਫਿਰ ਸੇਫਟੀ ਕਰ ਨਹੀਂ ਸੇਫਟੀ ਹਰੇਕ ਬੰਦੇ ਬਰਾਬਰ ਹੈ ਜੇ ਮੈਂ ਨਾ ਹੁਣ ਸੇਫਟੀ ਕੁਝ ਪਾਵਾਂ ਇੱਥੇ ਅੰਦਰ ਚਲੇ ਜਾਵਾਂ ਤੇ ਗਵਰਨਮੈਂਟ ਦੇ ਇੱਥੇ ਹੈਗਾ ਡਿਪਾਰਟਮੈਂਟ WCB ਉਹ ਆ ਕੇ ਚੈੱਕ ਕਰੇ ਵੀ ਹਾਂ ਵੀ ਤੇਰੀ ਵੈਸਟ ਕਿੱਥੇ ਆ ਤੇਰੀ ਹੈਲਮਟ ਕਿੱਥੇ ਆ ਹੁਣ ਇਹ ਤਾਂ ਮੈਂ ਪੱਗ ਬੰਨੀ ਹਾਂ ਸੋ ਮੈਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਆ ਹੁਣ ਤੁਹਾਨੂੰ ਵੈਸਟ ਪਾਉਣ ਦੀ ਲੋੜ ਪੈਣੀ ਆ ਤੇ ਹੈਲਮਟ ਪਾਉਣ ਦੀ ਲੋੜ ਪੈਣੀ ਪਰ ਦਿਓ ਸਮਾਨ ਜੀ ਫਿਰ ਚਲੀ ਇਹ ਹੁਣ ਇਹਦਾ ਮਤਲਬ ਆ ਕਿ ਆਪਣੀ ਬਣਦੀ ਇਮਾਰਤ ਦੇਖਣ ਲਈ ਵੀ ਸਾਨੂੰ ਆ ਸਮਾਨ ਪਾਉਣਾ ਹਾਂ ਸਮਾਨ ਪਾਉਣਾ ਪੈਣਾ ਇਹ ਸਾਡੀ ਆਪਣੀ ਸੇਫਟੀ ਆ ਜੀ ਕਿਉਂਕਿ ਨਹੀਂ ਇਹ ਤਾਂ ਮੰਨ ਲਓ ਮੈਨੂੰ ਹੈਲਮਟ ਦਾ ਤਾਂ ਮੈਨੂੰ ਸਮਝ ਆ ਗਈ ਆ ਗੱਲ ਹਾਂਜੀ ਇਹਦਾ ਕੀ ਪਰਪਸ ਹੋਇਆ ਇਹਦਾ ਪਰਪਸ ਜਿੰਨੇ ਵੀ ਬੰਦੇ ਹੁਣ ਇਸ ਕੰਮ ਕਰਦੇ ਆ ਜੇ ਕੋਈ ਮਸ਼ੀਨ ਅੱਗੇ ਪਿੱਛੇ ਕੋਈ ਕਰ ਰਿਹਾ ਆ ਜੀ ਉਹਨੂੰ ਉਹਦੀ ਵਿਜ਼ੀਬਿਲਟੀ ਜਿਹੜੀ ਹੈਗੀ ਆ ਇਹ ਵੈਸ ਦੇ ਨਾਲ ਇਹ ਠੀਕ ਹੋ ਜਾਂਦੀ ਆ ਬਸ ਹੋਰ ਕੋਈ ਤਣੀ ਤੁਣੀ ਤਾਂ ਨਹੀਂ ਕੋਈ ਤਣੀ ਤੁਣੀ ਨਹੀਂ ਆ ਆ ਟੋਪੀ ਜ਼ਰੂਰੀ ਆ ਅੱਛਾ ਜੀ ਇਹ ਹੈਲਮਟ ਹੈ ਹਾਰਡ ਆ ਹਾਰਡ ਹਾਰਡ ਆ ਹੈਲਮਟ ਠੀਕ ਹੈ ਜੀ ਤੇ ਇਹਨਾਂ ਪਿੱਛੋਂ ਦੇਖਿਓ ਜੀ ਕਰੋ ਤਾਂ ਕੀ ਕਰਨਾ ਜੀ ਟਾਈਟ ਕਰ ਲਓ ਇਹ ਦੱਸ ਦਿਓ ਕਿੰਨੀ ਟਾਈਟ ਬਸ ਠੀਕ ਹੈ ਜੀ ਠੀਕ ਹੈ ਇਹਦਾ ਮਤਲਬ ਕੀ ਹੋਇਆ ਵੀ ਜੇ ਮੇਰੇ ਸਿਰ ਦੇ ਉੱਤੇ ਕੁਝ ਲੱਗ ਜਾਵੇ ਤਾਂ ਸੱਟ ਲੱਗ ਜਾਵੇ ਅੱਛਾ ਚਲੋ ਮੈਂ ਵੈਸੇ ਬੜਾ ਹੈਰਾਨ ਆ ਇਸ ਗੱਲ ਤੋਂ ਕਿ ਇਹ ਕਿੰਨੀ ਮੰਜ਼ਲ ਦੀ ਬਿਲਡਿੰਗ ਹੈ ਜੀ 4-5 ਸਟੋਰੀ ਹੈ 5 ਸਟੋਰੀ ਆ ਹਾਂਜੀ ਤੇ ਸਾਰੀ ਲੱਕੜ ਹੀ ਆ 4 ਸਟੋਰੀ ਲੱਕੜ ਆ ਤੇ ਥੱਲੇ ਜਿਹੜੀ ਪਾਰਕੇਡ ਆ ਉਹ ਕੰਕਰੀਟ ਦੀ ਉਹ ਕੰਕਰੀਟ ਉੱਪਰ 4 ਮੰਜ਼ਲਾਂ ਤੁਸੀਂ ਲੱਕੜ ਦੀਆਂ ਖੜੀਆਂ ਕਰਤੀਆਂ ਬਿਲਕੁਲ ਚਲੀਏ ਜੀ ਫਿਰ ਚਲੋ ਆਜ ਚਲੋ ਆਜ ਇਹਨੂੰ ਨਵੰਬਰ 'ਚ ਸ਼ੁਰੂ ਕੀਤੀ ਸੀਗੀ ਨਵੰਬਰ ਸ਼ੁਰੂ ਕੀਤੀ ਆ ਠੀਕ ਹੈ ਤੇ ਅਗਲੇ ਸਾਲ ਜਨਵਰੀ ਫਰਵਰੀ ਦੇ ਵਿੱਚ ਨਹੀਂ ਜਿਹੜਾ ਇਹ ਮੈਨੂੰ ਪਾਉਣਾ ਪਿਆ ਜਿੰਨੇ ਕੰਮ ਕਰਦੇ ਉਹਨਾਂ ਨੂੰ ਪਾਉਣਾ ਪਿਆ ਸਾਰਿਆਂ ਨੂੰ ਪਾਉਣਾ ਪਿਆ ਸਾਰਿਆਂ ਨੂੰ ਪਾਉਣਾ ਪਿਆ ਠੀਕ ਹੈ ਜੀ ਇਹ ਸਭ ਤੋਂ ਥੱਲੇ ਆ ਇਹ ਜੀ ਹੈਗੀ ਆ ਆਪਣੇ ਐਂਟਰੈਂਸ ਇੱਥੇ ਮੇਨ ਲੌਬੀ ਹੈ ਤੇ ਇੱਥੇ ਲੱਗਣੀਆਂ ਐਲੀਵੇਟਰ ਲੱਗਣੀਆਂ 2 ਐਲੀਵੇਟਰ ਜਿਹੜੀਆਂ ਲਿਫਟਾਂ ਲਿਫਟਾਂ ਲੱਗਣ ਲਿਫਟਾਂ ਲੱਗਣ ਲਿਫਟਾਂ ਲੱਗਣੀਆਂ ਹੈਗੀਆਂ ਤੇ ਨਾਲ ਹੀ ਉਹਦੇ ਇੱਧਰ ਦੀ ਹੈਗੀ ਆ ਸਟੇਅਰਸ ਹੈਗੀਆਂ ਆ ਜੀ ਜੇ ਪੌੜੀਆਂ ਜਿਹਨੂੰ ਕਹਿੰਦੇ ਆਪਾਂ ਤੁਰ ਕੇ ਜਾਣਾ ਆਪਾਂ ਚਲੋ ਦਿਖਾਉਂਦੇ ਇੱਧਰ ਦੀ ਬਲੰਦਰ ਅੱਛਾ ਜਾਣੀ ਕਿ ਆ ਗਰਾਊਂਡ ਫਲੋਰ ਜਿਹੜਾ ਇਹ ਸਾਰੇ ਦਾ ਸਾਰਾ ਸੀਮੈਂਟਡ ਆ ਇਹ ਸੀਮੈਂਟਡ ਹੈ ਠੀਕ ਹੈ ਜੀ ਇਹ ਸੀਮੈਂਟਡ ਆ ਤੇ ਇਹ ਸਾਰੀ ਅੰਡਰਗਰਾਊਂਡ ਪਾਰਕਿੰਗ ਆ ਇਹ ਸਾਰੀ ਪਾਰਕਿੰਗ ਹੈਗੀ ਆ ਨਹੀਂ ਆ ਕੀ ਜਗਾੜ ਜਿਹਾ ਜੇ ਇਹਦੇ ਵਿੱਚ ਅੱਛਾ ਜਗਾੜ ਜਿਹੜੇ ਆ ਜਿਹੜੇ ਕਾਲੇ ਪਾਈਪ ਆ ਜੀ ਇਹ ਹੈਗੇ ਆ ਸਪ੍ਰਿੰਕਲਰ ਸਪ੍ਰਿੰਕਲਰ ਜਿਹੜੇ ਜੇ ਤੁਹਾਡੇ ਬਿਲਡਿੰਗ ਲਾਉਣੇ ਪੈਂਦੇ ਆ ਜੇ ਅੱਗ ਲੱਗ ਜਾਵੇ ਤਾਂ ਉਹ ਆਪਣੇ ਵੀ ਆਟੋਮੈਟਿਕਲੀ ਪਾਣੀ ਅੱਛਾ ਛੱਡਦੇ ਆ ਛੱਡ ਆਪਣੇ ਛੱਡਦੇ ਆ ਛੱਡਦੇ ਠੀਕ ਹੈ ਜੀ ਆ ਜਿਹੜੇ ਕਾਲੇ ਰੰਗ ਦੇ ਪਾਈਪ ਆ ਜਾਨੀ ਕਿ ਜੇ ਬਿਲਡਿੰਗ ਦੇ ਵਿੱਚ ਕਦੀ ਵੀ ਅੱਗ ਲੱਗਦੀ ਆ ਹਾਂਜੀ ਨੁਕਸਾਨ ਤੋਂ ਬਚਣ ਲਈ ਆਪਣੇ ਆਪ ਪਾਣੀ ਛੱਡਦੇ ਆ ਆਪਣੇ ਆਪ ਛੱਡਦੇ ਇਹਨਾਂ ਨੂੰ ਕੁਝ ਨਹੀਂ ਕਰਨਾ ਪੈਣਾ ਕੁਝ ਨਹੀਂ ਕਰਨੇ ਪੈਂਦਾ ਉਹ ਆਪਣੇ ਆਪ ਹੀ ਜਿਹੜੀ ਸੈਂਸਰ ਆ ਆਪਣਾ ਜਿਹੜਾ ਆ ਦਾ ਹੀਟ ਦਾ ਉਹਦੇ ਨਾਲ ਹੀ ਆਪਣੇ ਆਪ ਐਕਟੀਵੇਟ ਹੋ ਜਾਣਾ ਉੱਥੇ ਆਪਣੇ ਆਪ ਫੁਹਾਰਾ ਚੱਲ ਪੈਣਾ ਆਪਣੇ ਚੱਲ ਫੁਹਾਰਾ ਚੱਲ ਪੈਣਾ ਤੇ ਨਾਲ ਦੇ ਪਾਈਪ ਇਹ ਹੈਗੀ ਆ ਜਿਹੜੀ ਸੀਵਰੇਜ ਵਗੈਰਾ ਵਾਸਤੇ ਸੀਵਰੇਜ ਵਗੈਰਾ ਦੇ ਬਾਥਰੂਮਾਂ ਦਾ ਪਾਣੀ ਜਾਂ ਇਧਰ ਦੀ ਆਊਗਾ ਤੇ ਆ ਵੱਡਾ ਪਾਈਪ ਵੀ ਉਹਦਾ ਹੀ ਹੈ ਇਹ ਵੀ ਉਹਦਾ ਹੀ ਹੈ ਇਹਦਾ ਵੀ ਉਹਦਾ ਹੀ ਹੈ ਚਲੋ ਇਹ ਸਾਰੇ ਕਨੈਕਸ਼ਨ ਹੈਗੇ ਕਨੈਕਸ਼ਨ ਹੈਗੇ ਸਾਰਾ ਬਿਲਡਿੰਗ ਦਾ ਪਾਣੀ 4 ਮੰਜ਼ਲਾਂ ਦਾ ਇੱਥੇ ਆਊਗਾ ਇੱਥੇ ਆਉਣਾ ਹੈ ਠੀਕ ਹੈ ਸਾਰਾ ਸਭ ਕੁਝ ਥੱਲੇ ਆਉਣਾ ਹੈ ਸਭ ਥੱਲੇ ਆਉਣਾ ਚਲੋ ਆਓ ਹੁਣ ਲੱਕੜ ਦਾ ਸਮਾਨ ਦਿਖਾਓ ਜੀ ਹਾਂ ਲੱਕੜ ਦਾ ਸਮਾਨ ਇਹ ਵੈਸੇ ਮੇਰੇ ਲਈ ਬੈਂਸ ਸਾਹਿਬ ਬੜੀ ਹੈਰਾਨੀ ਦੀ ਗੱਲ ਆ ਤੁਸੀਂ ਮੈਨੂੰ ਇਹ ਦੱਸਿਓ ਕਿ ਕਿੰਨਾ ਚਿਰ ਹੋ ਗਿਆ ਕੈਨੇਡਾ ਆਇਆਂ ਨੂੰ ਮੈਨੂੰ ਆਲਮੋਸਟ 24 ਸਾਲ ਹੋ ਗਏ 24 ਸਾਲ ਹੋ ਗਿਆ ਹਾਂਜੀ ਇਹ ਹੁਣ ਕਿੰਨੇ ਕੁ ਘਰ ਇੱਥੇ ਬਣਨੇ ਆ ਇਹ ਇਹਦੇ ਵਿੱਚ 90 ਯੂਨਿਟ ਬਣਨੇ ਜੀ ਹੁਣ ਆਹ ਦੇਖੋ ਬੈਂਸ ਸਾਹਿਬ ਇਹ ਮੇਰੇ ਮੰਨਣ ਵਾਲੀ ਗੱਲ ਨਹੀਂ ਹੈਗੀ ਅਸੀਂ ਪੰਜਾਬ ਦੇ ਵਿੱਚ ਨਾ ਬੜਾ ਮਾਣ ਮਹਿਸੂਸ ਕਰੀਦਾ ਸੀ ਜੀ 16 ਦੀ ਕੰਧ ਕੱਢੀ ਆ 12 ਦੀ ਕੰਧ ਕੱਢੀ ਆ 9 ਦੀ ਕੰਧ ਕੱਢੀ ਆ ਫਿਰ 4 ਇੰਚ ਵੀ ਕੱਢ ਲਈਦੀ ਆ ਹਾਂਜੀ ਪਰ ਇੰਨੀਆਂ ਕੁ ਫੱਟੀਆਂ ਕੀ ਕਰ ਲੈਣਗੀਆਂ ਇੱਥੇ ਇਹਦੇ ਲਈ ਫੱਟੀਆਂ ਨਾਲ ਸਭ ਕੁਝ ਸਟਰੋਂਗ ਕੀਤਾ ਹੈ ਅੱਛਾ ਜੀ ਆ ਐਸ ਫੱਟੀ
ਸਾਰੀ ਦੀ ਸਾਰੀ ਬਿਲਡਿੰਗ ਸਾਰੀ ਸਾਰੀ ਫੱਟੀ ਖੜੀ ਹੋਈ ਕਿਤੇ ਕੋਈ ਟਰੋੜਾ ਨਹੀਂ ਕੋਈ ਟਰੋੜਾ ਨਹੀਂ ਨਹੀਂ ਪਰ ਚਲੋ ਤੁਸੀਂ ਕਹਿੰਦੇ ਆ ਤਾਂ ਮੰਨ ਲੈਂਦੇ ਆ ਹਾਂ ਜੀ ਦਿਖਾ ਦਿਓ ਆ ਦੇਖੀ ਹੁਣ ਜੀ ਹੁਣ ਤੁਹਾਨੂੰ ਮੈਂ ਦਿਖਾਉਣਾ ਹੈਗਾ ਉਹ ਤੋਂ ਉਹਦੇ ਬੋਰਡਿੰਗ ਕਰਦੇ ਆ ਬਾਅਦ ਉੱਪਰ ਹਲੇ ਵੀ ਕਾਫੀ ਸਮਾਨ ਲੱਗਣਾ ਪਰ ਜਿਹੜੀ ਬਿਲਡਿੰਗ ਖੜੀ ਆ ਉਹ ਜਿਹੜੀ ਇਹ 2x6 ਜਾਂ 2x8 ਕਹਿੰਦੇ ਆ ਉਹਨਾਂ ਨੂੰ ਬੇਸਿਕਲੀ ਜਿਹੜੀ ਹੈਗੀ ਲੱਕੜ ਕੱਟੀ ਹੋਏਗੀ ਆ ਜੀ ਉਹਤੇ ਨਾਲ ਹੀ ਖੜੀ ਆ ਤੇ ਫਿਰ ਜਦੋਂ ਇੱਥੋਂ ਦੇਖੋ ਵੀ ਤੁਸੀਂ ਇਹਨਾਂ ਨੂੰ ਉਦਾਂ ਕਨੈਕਟ ਕੀਤਾ ਆ ਨਾਲ ਬੰਨਿਆ ਆ ਬਿਲਡਿੰਗ ਦੇ ਨਾਲ ਜਿੱਦਾਂ ਹੁਣ ਹਾਲਾਤੇ ਹੈਗੇ ਆ ਦੇਖੋ ਕਬਜ਼ੇ ਕਬਜ਼ੇ ਲਾਤੇ ਆ ਜੀ ਇਹ ਇਸ ਬਿਲਡਿੰਗ ਦਾ ਤੇ ਉਹਦੇ ਉੱਪਰਲੀ ਫਲੋਰ ਦਾ ਉਹਨੂੰ ਨਾਲ ਸਿਰਫ ਇੱਕ ਇਸ ਕਬਜ਼ੇ ਦੇ ਸਿਰ ਤੇ ਹਾਂਜੀ ਅੱਛਾ ਆਹ ਕਮਰਾ ਹੈ ਜੀ ਇਹ ਹਾਂਜੀ ਇਹ ਹੈਗਾ ਜੀ ਆਪਣੇ ਕੋਲ ਇਹ ਜਾਨੀ ਕੈਨੇਡਾ ਦੀ ਬਣਦੀ ਬਿਲਡਿੰਗ ਆ ਜਿਹੜਾ ਬਣਦੀ ਬਿਲਡਿੰਗ ਹੈ ਬਹੁਤ ਸੋਹਣਾ ਘਰ ਦੇਖਦੇ ਆ ਅੰਦਰਲੇ ਪਾਸੇ ਉਹ ਇਹ ਹਲੇ ਬੇਸਿਕ ਹੈ ਲਈ ਕਲੀਨ ਵਿਛਾਇਆ ਹੁੰਦਾ ਹੈ ਉਹ ਇਹ ਹਲੇ ਬੇਸਿਕ ਆ ਉਸ ਤੋਂ ਬਾਅਦ ਸਾਰਾ ਕੰਮ ਹੌਲੀ ਹੌਲੀ ਹਲੇ ਹੁਣ ਪਲੰਬਿੰਗ ਦੀ ਰਫਿੰਗ ਹੋਣੀ ਸ਼ੁਰੂ ਹੋਈ ਆ ਤੇ ਇਲੈਕਟ੍ਰੀਸ਼ੀਅਨ ਨੇ ਕੰਮ ਸ਼ੁਰੂ ਕੀਤਾ ਹੈ ਹਲੇ ਠੀਕ ਆ ਜੀ ਇਹ ਹਲੇ ਭਾਈ ਆਪਣਾ 7-8 ਮਹੀਨੇ ਦਾ ਹੋਰ ਪ੍ਰੋਸੀਜਰ ਹੈਗਾ 7-8 ਮਹੀਨੇ ਦਾ ਪ੍ਰੋਸੀਜਰ ਹੈਗਾ ਹਾਂਜੀ ਅੱਛਾ ਆਹ ਕੀ ਲਾਇਆ ਜੀ ਆ ਦੱਸਿਓ ਜਰਾ ਕਹਾਣੀ ਕੀ ਆ ਇਹ ਭਾਈ ਇਲੈਕਟ੍ਰਿਕ ਦੇ ਸੁੱਚ ਜਿਹੜੀ ਲੱਗਣੀ ਹੈ ਬਿਜਲੀ ਬੋਰਡ ਲੱਗੇ ਇਹ ਲੱਕੜ ਦੇ ਨਾਲ ਹੀ ਲੱਗੇ ਹੋ ਲੱਕੜ ਲੱਗ ਗਈ ਪਰ ਬੈਂਸਾ ਵਾ ਲੱਕੜ ਤਾਂ ਬੋਲਦੀ ਆ ਇਹ ਕੁਛ ਨਹੀਂ ਹੁੰਦਾ ਜੀ ਇਹ ਸਾਰਾ ਕੁਝ ਕੈਨੇਡਾ ਵੀ ਲੱਕੜ ਦਾ ਹੀ ਆ ਚਲੋ ਹਾਂਜੀ ਠੀਕ ਹੈ ਜੀ ਤੇ ਅੱਛਾ ਇਹ ਬਿਜਲੀ ਦੇ ਬੋਰਡ ਵੀ ਲੱਗ ਗਏ ਆ ਤੇ ਮੈਨੂੰ ਇਧਰਲੇ ਪਾਸੇ ਆ ਪਾਈਪਾਂ ਦੀਆਂ 2-3 ਜੀ ਇਹ ਹੈਗਾ ਪਾਣੀ ਦਾ ਅੱਛਾ ਇਹ ਪਾਣੀ ਅੰਦਰ ਪਾਣੀ ਹੈ ਹਾਂਜੀ ਇਹ ਕਾਦਾ ਇਹ ਹੌਟ ਇਹ ਸੀਵਰੇਜ ਹੈ ਸੀਵਰੇਜ ਦਾ ਠੀਕ ਹੈ ਜੀ ਠੀਕ ਹੈ ਜੀ ਇਹ ਸੀਵਰੇਜ ਹੈ ਇਹ ਪਾਣੀ ਹੈ ਇੱਕ ਹੌਟ ਹੋਣਾ ਇੱਕ ਕੋਲਡ ਹੈ ਅੱਛਾ ਇਹ ਹੁਣ ਕੰਮ ਕਰ ਜਿਹੜਾ ਤੁਹਾਡਾ ਚੱਲਦਾ ਇਹ ਫਿਰ ਤੁਸੀਂ ਅਸੀਂ ਪਿੰਡ ਜਦੋਂ ਕੰਮ ਸ਼ੁਰੂ ਕਰੀਦਾ ਨਾ ਪਹਿਲਾਂ ਰਾਜ ਮਿਸਤਰੀ ਤੋਂ ਟਾਈਮ ਪੁੱਛੀਦਾ ਕਦੋਂ ਕਿਤੋਂ ਆ ਉਹਦੇ ਤੋਂ ਬਾਅਦ ਜੇ ਛੋਟਾ ਹੀ ਘਰ ਹੋਵੇ ਤਾਂ ਉਹੀ 2-4 ਪਾਈਪ ਪਾਣੀ ਦੇ ਪਾ ਦਿੰਦਾ ਇਧਰ ਪਾ ਦਿੰਦਾ ਪਰ ਇੱਥੇ ਕਿੰਨੇ ਕੁ ਬੰਦੇ ਕੰਮ ਕਰਦੇ ਇੱਥੇ ਹਰੇਕ ਚੀਜ਼ ਦਾ ਡਿਫਰੈਂਟ ਰੇਟ ਆ ਜਿਹਨੇ ਫਰੇਮਿੰਗ ਕਰਨੀ ਆ ਉਹ ਡਿਫਰੈਂਟ ਕਰਨੀ ਆ ਜਿਹਨੇ ਪਲੰਬਿੰਗ ਕਰਨੀ ਆ ਉਹ ਡਿਫਰੈਂਟ ਰੇਟ ਆ ਠੀਕ ਹੈ ਜੀ ਫਿਰ ਜਿਹੜੇ ਇਲੈਕਟ੍ਰੀਸ਼ੀਅਨ ਆ ਉਹ ਡਿਫਰੈਂਟ ਆ ਰੂਫ ਪਾਉਣੀ ਉਹ ਡਿਫਰੈਂਟ ਹੈਗੇ ਆ ਵਿੰਡੋ ਲਾਉਣੀ ਉਹਨੇ ਡਿਫਰੈਂਟ ਕਰਨੇ ਆ ਹਰੇਕ ਜਿੰਨਾ ਵੀ ਘਰ ਦੇ ਵਿੱਚ ਮਟੀਰੀਅਲ ਲੱਗਣਾ ਆ ਉਹ ਇਕੱਲੇ ਇਕੱਲੇ ਬੰਦੇ ਦਾ ਟ੍ਰੇਡ ਆ ਇਹ ਦੇਖੋ ਆਪਣੇ ਨਾ ਇਹ ਪ੍ਰੋਗਰਾਮ ਟੀਵੀ ਤੇ ਚੱਲਣਾ ਤੇ ਯੂਟਿਊਬ ਫੇਸਬੁੱਕ ਤੇ ਵੀ ਜਣਾ ਲੋਕਾਂ ਦੇ ਥੱਲੇ ਟਿੱਪਣੀਆਂ ਕਰਨੀਆਂ ਸਾਡੇ ਤਾਂ ਉੱਥੇ ਹੁਣ ਪੰਜਾਬ 'ਚ ਇਹ ਵੀ ਬੰਦਾ ਕਹਿਣ ਲੱਗ ਪਿਆ ਮੈਂ ਆਪਣੀ ਗੱਲ ਕਰਦਾ ਨਵਾਂ ਆਇਆ ਕਿ ਜਿਹੜੀ ਵੀ ਚੀਜ਼ ਲੱਕੜ ਦੀ ਆ ਛੱਡੋ ਪਰਾਂ ਅਲਮੀਨੀਅਮ ਤੇ ਬਣਾ ਲਓ ਝਟ ਗਲ ਜਾਂਦੀ ਆ ਨਹੀਂ ਨਹੀਂ ਉਹਨੂੰ ਸਿਉਂਕ ਲੱਗ ਜਾਂਦੀ ਆ ਇੱਥੇ ਭਾਈ ਲੱਕੜ ਗਲਦੀ ਨਹੀਂ ਕੋਈ ਸਿਉਂਕ ਨਹੀਂ ਲੱਗਦੀ ਨਾ ਗਲਦੀ ਆ ਲੱਕੜ ਦੇਖੋ ਮੈਨੂੰ ਇਹ ਲੱਗਾ ਸੀ ਜਦੋਂ ਇਹ ਬਿਲਡਿੰਗ ਦੀ ਜਿਹੜੀ ਏਜ ਹੋਣੀ ਆ 80-90 ਸਾਲ ਏਜ ਹੋਣੀ ਆ ਇਸ ਲੱਕੜ ਦੀ ਇਸ ਲੱਕੜ ਆ ਫੱਟੀ ਜਿਹੜੀ ਪਈ ਆ ਹਾਂਜੀ ਹਾਂਜੀ ਇਹਨੂੰ ਕੁਛ ਜੇ ਗਿੱਲੀ ਹੋ ਜਾਵੇ ਨਹੀਂ ਕੁਛ ਗਿੱਲੀ ਹੁੰਦੀ ਨਹੀਂ ਚਲੋ ਇੱਧਰ ਹੁਣ ਦਿਖਾ ਲਿਓ ਤੁਹਾਡੀ ਗੱਲ ਮੰਨਣੀ ਪੈਣੀ ਆ ਪਰ ਮੰਨਣ ਚ ਆਉਂਦੀ ਨਹੀਂ ਆਹ ਕੀ ਚੀਜ਼ ਆ ਜੀ ਇਹ ਹੈਗਾ ਜੀ ਭਾਈ ਆਪਣੇ ਟੱਬ ਆ ਜੀ ਬਾਥ ਟੱਬ ਬਾਥ ਟੱਬ ਆ ਇਹਨੂੰ ਪੁੱਠਾ ਲੱਗਾ ਹੈ ਪੁੱਠਾ ਪਿਆ ਇਸ ਕਰਕੇ ਐਂ ਦੀ ਕਰ ਲਓ ਤੁਸੀਂ ਅੱਛਾ ਜੀ ਆ ਇਹ ਵੀ ਪ੍ਰੋਸੀਜਰ ਸਾਰਾ ਸਮਝਾਇਓ ਜੀ ਕੀ ਆ ਇਹ ਵੀ ਇੱਥੇ ਆ ਵਾਸ਼ਰੂਮ ਆ ਭਾਈ ਬੇਸਿਕਲੀ ਆ ਜਿਹੜੀ ਆ ਜਿੱਥੇ ਖੜੇ ਹੈਗੇ ਆ ਤੇ ਆ ਇੱਕ ਹੌਟ ਆ ਤੇ ਇੱਕ ਕੋਲਡ ਆ ਅੱਛਾ ਸੁਖੀ ਭਾਈ ਜੀ ਗੱਲ ਪਤਾ ਕੀ ਆ ਅਸੀਂ ਉੱਥੇ ਪਹਿਲਾਂ ਕੰਧ ਬਣਾਈ ਦੀ ਆ ਠੀਕ ਹੈ ਉਹਦੇ ਤੋਂ ਬਾਅਦ ਜਦੋਂ ਸਾਰਾ ਘਰ ਬਣ ਜਾਂਦਾ ਨਾ ਪਲਸਟਰ ਕਰਨ ਤੋਂ ਪਹਿਲਾਂ ਪਲੰਬਰ ਨੂੰ ਸੱਦੀਦਾ ਠੀਕ ਹੈ ਉਹ ਫਿਰ ਵਿੱਚ ਐ ਕਰਕੇ ਝਰੀਆਂ ਮਾਰਦਾ ਨਹੀਂ ਨਹੀਂ ਉਹਦੇ ਤੋਂ ਬਾਅਦ ਅਸੀਂ ਲੋਹੇ ਦਾ ਪਾਈਪ ਪਾਈਦਾ ਉਹ ਫਿਰ ਐਕਸਟਰਾ ਕੰਮ ਨੇ ਇੱਥੇ ਆਓ ਤੁਸੀਂ ਦੱਸੋ ਉਹ ਥੋੜਾ ਐਕਸਟਰਾ ਕੰਮ ਇਹ ਸਾਰਾ ਕੁਝ ਪਹਿਲਾਂ ਹੀ ਇਹ ਜਿਹੜਾ ਹੈਗਾ ਆ ਇਹਨੂੰ ਰਫਿੰਗ ਕਹਿੰਦੇ ਆ ਪਹਿਲਾਂ ਜਦੋਂ ਫਾਈਨਲ ਟੱਚ ਦੇਣੀ ਹੈਗੀ ਆ ਇਹ ਤੋਂ ਬਾਅਦ ਹਲੇ ਯੂ ਨੋ ਇਨਸੂਲੇਸ਼ਨ ਹੋਣੀ ਆ ਫਿਰ ਉੱਪਰ ਡਰਾਈਵਾਲ ਲੱਗਣੀ ਆ ਫਿਰ ਜਦੋਂ ਸਭ ਕੁਝ ਹੋ ਗਿਆ ਫਿਰ ਦੁਬਾਰਾ ਉਹਨੇ ਪਲੰਬਰ ਨੇ ਆਉਣਾ ਆ ਫਿਰ ਦੁਬਾਰਾ ਜਿਹੜਾ ਸਾਰਾ ਆਪਣਾ ਡੱਬਾ ਬਾਕਸ ਆ ਉਹ ਦੁਬਾਰਾ ਆ ਕੇ ਫਿੱਟ ਕਰਨਾ ਉਹਨੇ ਇਹ ਸਿਰਫ ਉਹਨੇ ਹਲੇ ਜਿਹੜੀਆਂ ਆਪਣੀਆਂ ਪਾਈਪਸ ਵਗੈਰਾ ਹੈਗੀਆਂ ਆ ਉਹ ਲਾਤੀਆਂ ਵਿੱਚ ਦੇ ਯਾਨੀ ਇੱਕ ਟੂਟੀ ਦੇ ਵਿੱਚ ਦੀ ਠੰਡਾ ਪਾਣੀ ਆਉਣਾ ਤੇ ਇੱਕ ਦੇ ਵਿੱਚ ਦੀ ਗਰਮ ਹੁਣ ਇੱਕ ਮੈਨੂੰ ਇਹ ਛੋਟੀ ਜੀ ਗੱਲ ਹੋਰ ਸਮਝਾਇਓ ਆਮ ਤੌਰ ਤੇ ਉੱਥੇ ਪਤਾ ਕੀ ਹੁੰਦਾ ਰਾਜ ਮਿਸਤਰੀ ਵੈਸੇ ਤਾਂ ਸਾਰੇ ਸਹੀ ਕੰਮ ਕਰਦੇ ਆ ਉਹ ਤੋਂ ਗਲਤ ਹੋ ਜਵੇ ਉਹ ਕਹਿੰਦਾ ਜੀ ਮੈਂ ਤਾਂ ਸਹੀ ਕਰਕੇ ਗਿਆ ਸੀ ਇਹ ਪਲੰਬਰ ਨੇ ਆਪਣਾ ਕੰਮ ਕਰਦੇ ਨੇ ਮੇਰਾ ਭੰਨ ਦਿੱਤਾ ਜੇ ਪਲੰਬਰ ਨੂੰ ਪੁੱਛੋ ਉਹ ਕਹਿੰਦਾ ਜੀ ਮੈਂ ਤਾਂ ਝਰੀ ਸਹੀ ਮਾਰ ਕੇ ਗਿਆ ਸੀ ਰਾਜ ਮਿਸਤਰੀ ਨੇ ਬਾਅਦ ਚ ਗਲਤ ਕਰਤਾ ਉਪਰੋਂ ਲੱਕੜੀ ਵਾਲਾ ਵੀ ਉਹਨਾਂ ਨੂੰ ਕਰੀ ਜਾਂਦਾ ਇੱਥੇ ਤਾਂ ਨਹੀਂ ਇਦਾਂ ਦੀ ਸਮੱਸਿਆ ਨਹੀਂ ਇੱਥੇ ਕੋਈ ਵੀ ਚੀਜ਼ ਤੋਂ ਹੋਣ ਤੋਂ ਬਾਅਦ ਇਨਸਪੈਕਸ਼ਨ ਹੋਣੀ ਹੈ ਜਿਹਨੇ ਕੰਧਾਂ ਖੜੀਆਂ ਕੀਤੀਆਂ ਆ ਉਹਦੀ ਇਨਸਪੈਕਸ਼ਨ ਹੋਣੀ ਆ ਉਹਨੇ ਸਟਰਕਚਰਲ ਇੰਜੀਨੀਅਰ ਆ ਕੇ ਚੈੱਕ ਕਰਨਾ ਹੈਗਾ ਜਿਹੜੀ ਹੈਗੀ ਆ ਇਲੈਕਟ੍ਰੀਕਲ ਆ ਮਕੈਨੀਕਲ ਆ ਉਹਨੂੰ ਆ ਕੇ ਚੈੱਕ ਕਰਨਾ ਵੀ ਮੇਕ ਸ਼ੋਰ ਵੀ ਸਾਰਾ ਕੁਝ ਠੀਕ ਲੱਗਾ ਓਕੇ ਠੀਕ ਹੈ ਜੀ ਨਾਲ ਨਾਲ ਜਾਨੀ ਸਾਰਾ ਕੰਮ ਚੱਲੀ ਜਾਣਾ ਜਿੱਥੇ ਗਲਤ ਹੋ ਗਿਆ ਗਲਤ ਹੋ ਜਿੱਦੀ ਗਲਤੀ ਹੋ ਗਈ ਉਹਨੂੰ ਠੀਕ ਕਰਨਾ ਪੈਣਾ ਤੁਸੀਂ ਹੁਣ ਮੈਨੂੰ ਇੱਕ ਹੋਰ ਗੱਲ ਦੱਸੋ ਆ ਤੁਹਾਡਾ ਆਪਣਾ ਥਾਂ ਆ ਹਾਂਜੀ ਆਪਣੇ ਤੁਸੀਂ ਘਰ ਬਣਾਉਣੇ ਆ ਹਾਂਜੀ ਤੁਸੀਂ ਕਹੀ ਜਾਂਦੇ ਹੋ ਕਿ ਆ ਪਾ ਕੇ ਆਉਣਾ ਪੈਣਾ ਹੈਲਮਟ ਪਾ ਕੇ ਆਉਣਾ ਪੈਣਾ ਜਦ ਮਿਸਤਰੀ ਨੂੰ ਪੈਸੇ ਤੁਸੀਂ ਦੇਣੇ ਆ ਹਾਂਜੀ ਬਾਕੀ ਸਾਰਿਆਂ ਨੂੰ ਤੁਸੀਂ ਦੇਣੇ ਆ ਤੁਸੀਂ ਲੱਕੜ ਦੀ ਬਣਾਓ ਤੁਸੀਂ ਇਹ ਲੋਹੇ ਦੀ ਬਣਾਓ ਇੱਟਾਂ ਦੀ ਬਣਾਓ ਸਰਕਾਰ ਨੂੰ ਕੀ ਭਾਈ ਸਰਕਾਰ ਨੂੰ ਬਹੁਤ ਕੁਛ ਇੱਥੇ ਸਭ ਤੋਂ ਪਹਿਲਾਂ ਹੈਗੀ ਸੇਫਟੀ ਅੱਛਾ ਜੀ ਕੰਮ ਤੇ ਆਉਣ ਤੋਂ ਪਹਿਲਾਂ ਤੁਹਾਨੂੰ ਮੈਂ ਤਾਂ ਹੀ ਪੁਆਈ ਆ ਜੀ ਇਹ ਸੇਫਟੀ
जे कोई इंपलॉयड पिया अपनी कंपनी शुरू कर सकता भी भाई मैनू का दिता नहीं इस करके उन्हें WCB ने साढ़े कहते WCB कहें वर्कॉम्प कहें वो सारा तुम देंगे प्रोपोगंडा भी तुम जो प्रोपोगंडा कहता सारा वो प्रपोजल प्रपोजल देंगे भी हाँ भी तुम आह सू जो है सू चाहिए है वो भी तुम फॉलो करने पेंदे वो फॉलो करने पेंदे फिर वो चैक करवाते जी वो चैक करवा उन्हें दस के नहीं आना जी हूँ जिदा ना इंडिया हेडमास्टर मारते आ गए छापा मारते हैं जी इदा भी छापा मारते आ गए फिर उन्हें चैक करना भी जी चीज़ा ये शुरू तो कंस्ट्रक्शन का काम कर दे होर भी किया नहीं भाई मैं वार्ड पापड़ मिले अच्छा जी हाँ जी नहीं नहीं देखो ਤੁਹਾਡਾ ਮੈਨੂੰ ਤੁਸੀਂ ਦੱਸਿਆ ਇੱਕ ਕਦੀ ਹੋਟਲ ਵੀ ਹੁੰਦਾ ਸੀ ਤੁਹਾਡਾ ਹਾਂਜੀ ਮੈਂ ਦੇਖੋ ਜੀ ਮੈਂ 96 ਚ ਮੂਵ ਹੋਇਆ ਇੱਥੇ ਹਾਂ ਗੈਸ ਸਟੇਸ਼ਨ ਤੋਂ ਕੰਮ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਜੀ ਤੇ ਹੋਟਲ ਵੀ ਪਾਸ ਸੀਗਾ ਮੇਰੇ ਕੋ ਜੀ ਤੇ ਹੁਣ ਹੋਟਲ ਵੇਚਤਾ ਤੇ ਹੁਣ ਲਿਕਵਰ ਸਟੋਰ ਤਾਂ ਜੀ ਕੰਸਟਰਕਸ਼ਨ ਦਾ ਕੰਮ ਚੱਲਦਾ ਹਾਂਜੀ ਅੱਛਾ ਆ ਕੀ ਚੀਜ਼ ਹੈ ਜੀ ਇਹ ਭਾਈ ਟੈਂਪਰੇਰੀ ਇਲੈਕਟ੍ਰਿਕ ਆ ਮੀਟਰ ਲਾਉਣਾ ਪੈਂਦਾ ਹਾਂ ਹਾਂ ਲਾਉਣਾ ਪੈਂਦਾ ਜਿਹੜਾ ਹੁਣ ਜਿੰਨੇ ਬੰਦੇ ਕੰਮ ਕਰਦੇ ਹੈਗੇ ਆ ਵੀ ਪਾਵਰ ਚਾਹੀਦੀ ਆ ਪਾਵਰ ਚਾਹੀਦੀ ਆ ਤਾਰ ਤੂਰ ਕਿਤੇ ਨੰਗੀ ਤਾਂ ਨਾ ਹੋਵੇ ਨਹੀਂ ਕੋਈ ਕੋਈ ਨੰਗੀ ਤਾਂ ਨਹੀਂ ਕਿ ਕੇਰ ਸਾਡੇ ਉੱਥੇ ਜੋੜ ਜੋੜ ਹੁੰਦੇ ਆ ਨਹੀਂ ਇੱਥੇ ਕੋਈ ਨੰਗੀ ਤਾਂ ਨਹੀਂ ਚਲੋ ਆਓ ਜੀ ਹੁਣ ਜਿਹੜੇ ਬੰਦੇ ਕੰਮ ਕਰਦੇ ਆ ਨਾ ਉਹ ਦੇਖੀਏ ਕਿ ਤੁਸੀਂ ਮੈਨੂੰ ਤਾਂ ਆਹ ਜੈਕਟ ਪਵਾਤੀ ਆ ਹੈਲਮਟ ਪਵਾਤਾ ਵੀ ਉਹਨਾਂ ਦਾ ਕੀ ਹਿਸਾਬ ਕਿਤਾਬ ਆ ਠੀਕ ਆ ਜਾਓ ਜੀ ਇਹ ਇਹ ਕੀ ਚੀਜ਼ ਆ ਜੀ ਇੱਥੇ ਵੀ ਮੜਾ ਜਾ ਦੱਸ ਦਿਓ ਇੱਕ ਦਰਵਾਜ਼ਾ ਇਧਰ ਨੂੰ ਜਾਣਾ ਦਰਵਾਜ਼ਾ ਪਰਲੇ ਪਾਸੇ ਪਰਲੇ ਪਾਸੇ ਓਕੇ ਠੀਕ ਹੈ ਜੀ ਇੱਥੇ ਹੈਗਾ ਲੱਗੇ ਜਿਹੜਾ ਇਲੈਕਟ੍ਰਿਕ ਦਾ ਮੇਨ ਮੀਟਰ ਲੱਗਣਾ ਹੈ ਯੂਨਿਟ ਦਾ ਠੀਕ ਹੈ ਜੀ ਹਾਂਜੀ ਇੱਥੇ ਆਪਾਂ ਉੱਪਰ ਜੀ ਹਾਂਜੀ ਉੱਪਰ ਜਾਣਾ ਹੈ ਆ ਜਾਓ ਇਹ ਫੇ ਪੌੜੀਆਂ ਪਹਿਲਾਂ ਬਣਾਉਣੀਆਂ ਪੈਂਦੀਆਂ ਇਹ ਹਾਂਜੀ ਭਾਈ ਓਕੇ ਇਹ ਵੀ WCB ਦੀ ਰਿਕੁਆਇਰਮੈਂਟ ਹੈ ਓਕੇ ਜੀ ਇਹ ਤੁਸੀਂ ਜਿਹੜੀ ਹੈਗੀ ਇਹ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਪੈਂਦੀਆਂ ਆ ਜਾਨੀ ਇਹ ਤਾਂ ਪੌੜੀ ਪਹਿਲਾਂ ਬਣਾਉਣੀ ਪੈਂਦੀ ਆ ਕਿ ਲੋਹੰਡੇ ਚ ਬੱਠਲ ਦੇ ਵਿੱਚ ਇੱਟਾਂ ਲੈ ਕੇ ਚੜਨਾ ਜਾਂ ਸੀਮੈਂਟ ਲੈ ਨਹੀਂ ਇਹ ਤਾਂ ਲਾਉਣੀ ਪੈਂਦੀ ਆ ਵੀ ਉੱਪਰ ਕੇ ਤੇ ਕੰਮ ਕਰੇ ਸੱਟ ਲੱਗੇ ਤਾਂ ਉਹਨੂੰ ਥੱਲੇ ਲੈ ਕੇ ਜਾਣ ਸਮਾਨ ਫਿਰ ਸਿਰ ਤੇ ਜਾ ਕੇ ਚੜਦੇ ਨਹੀਂ ਸਮਾਨ ਵਾਸਤੇ ਆਪਣੇ ਹੈਗੇ ਵਾਰ ਮਸ਼ੀਨਾਂ ਪਈਆਂ ਆ ਉਹਨੂੰ ਜ਼ੂਮ ਬੂਮ ਕਹਿੰਦੇ ਆ ਠੀਕ ਆ ਜੀ ਤੇ ਉਹਦੇ ਨਾਲ ਸਾਰਾ ਸਮਾਨ ਉੱਪਰ ਆਉਂਦਾ ਜੀ ਲਓ ਜੀ ਪੌੜੀ ਵੀ ਲੱਕੜ ਦੀ ਆ ਤੇ ਕੰਧਾਂ ਵੀ ਲੱਕੜ ਦੀਆਂ ਆ ਤੇ ਮੈਨੂੰ ਤਾਂ ਹੁਣ ਲੱਗਦਾ ਹੈ ਡਰ ਨਹੀਂ ਡਰ ਨਹੀਂ ਕੋਈ ਲੋੜ ਨਹੀਂ ਭਾਈ ਇਹ ਕੈਨੇਡਾ ਸਾਰਾ ਲੱਕੜ ਦਾ ਕੈਨੇਡਾ ਠੀਕ ਹੈ ਹਾਂ ਲੱਕੜ ਵੈਸੇ ਤੁਹਾਡੇ ਕੋਲ ਹੈ ਵੀ ਬਥੇਰੀ ਆ ਬਹੁਤ ਲੱਕੜ ਹੈ ਇੱਥੇ ਕਿ ਉੱਪਰ ਜੀ ਆ ਦੇਖੋ ਉੱਪਰ ਇੱਕ ਉੱਪਰ ਹੈ ਜੀ अच्छा जिन्ना आप ता चढ़े सारा लकड़ का बने सब लकड़ लो जी ये भी कनेडा आ फोटो तो होंदिया नियाग्रा फाल दियाँ किसी होर चीज़ दियाँ पर जो काम करना पैंदा इतने वह मैं देखा कंस्ट्रक्शन का काम करदा धूड़ भी उड़ती है भाई माड़ी मोटी धूड़ तो उड़नी है हाथी भी करना पैंदा हाथी माड़ा मोटी सीढ़ी सफाई वगैरह हाथी करनी पैनी काम तो सर हाथी हो रहा वैसे भाई अच्छा आ की है जी ਇਹ ਫਾਈਨਲ ਫਲੋਰ ਹੈਗੀ ਆ ਇਹਦੇ ਉੱਪਰ ਛੱਤ ਪੈਣੀ ਇੱਥੇ ਛੱਤ ਪੈਣੀ ਸ਼ੁਰੂ ਹੋ ਗਈ ਆਹ ਹੀ ਕੰਧਾ ਨੇ ਬਸ ਇਹ ਕੰਧਾ ਨੇ ਪਰ ਇਹਦੇ ਵਿੱਚ ਹੁਣ ਇਹਨੂੰ ਫਿਲ ਕਿਦਾਂ ਕਰਨਾ ਹੈ ਇਹਦੇ ਫਿਲ ਉਹਦੇ ਵਿੱਚ ਬਾਅਦ ਚ ਇਨਸੂਲੇਸ਼ਨ ਹੋਣੀ ਆ ਅੱਛਾ ਜੀ ਆ ਇੱਧਰ ਆਣ ਕੇ ਫਿਰ ਦਿਖਾਇਓ ਕਿ ਭਾਜੀ ਹੁਣੀ ਆ ਕੀ ਕਰਦੇ ਆ ਇਹ ਭਾਜੀ ਹੁਣੀ ਰੂਫ ਟਰਸਾਂ ਪਾ ਰਹੇ ਨੇ ਜੀ ਹਾਂ ਜੀ ਅੱਛਾ ਇਹ ਉੱਪਰਲੇ ਪਾਸੇ ਹਲੇ ਛੱਤ ਪਾਉਣ ਦੀ ਇਹ ਪ੍ਰਕਿਰਿਆ ਚੱਲ ਰਹੀ ਹੈ ਜੀ ਆਪਣੇ ਜਿਹੜੇ ਪੰਜਾਬੀ ਬੰਦੇ ਆਉਂਦੇ ਆ ਉਹ ਕਈ ਕਹਿੰਦੇ ਹੁੰਦੇ ਅਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਆ ਠੇਕੇ ਲੈਨੇ ਆ ਉਹ ਫਿਰ ਸਾਰਾ ਇਹ ਕੰਮ ਉਹ ਕਰਦੇ ਆ ਸਾਰੇ ਆਪਣੇ ਆਪਣੇ ਬੰਦੇ ਸਾਰਾ ਕੰਮ ਕਰਦੇ ਜਣੀਆਂ ਚੌਥੀ ਮੰਜ਼ਲ ਦੇ ਉੱਤੇ ਆ ਕੇ ਉਹਨਾਂ ਨੂੰ ਵੀ ਉੱਪਰ ਇੱਧੇ ਖੜਨਾ ਪੈਂਦਾ ਉੱਪਰ ਖੜਨਾ ਹੁਣ ਮੈਨੂੰ ਇਹ ਦੱਸੋ ਸਵਾਲ ਫਸ ਗਏ ਤੁਸੀਂ ਫਸ ਜਾਣੇ ਹੋ ਹਾਂਜੀ ਉਹਨਾਂ ਦੀ ਕੀ ਸੇਫਟੀ ਆ ਮੈਨੂੰ ਤਾਂ ਹੈਲਮਟ ਪਵਾਤਾ ਉਹਨਾਂ ਨੂੰ ਅੱਜ ਦੇ ਸਾਥ ਦੇਖੋ ਜਾ ਆਰੋਪਸ ਹੈਗੇ ਆ ਉਹਨਾਂ ਨੂੰ ਜਿਹੜਾ ਉਹ ਕੰਮ ਕਰਦੇ ਉਹ ਬੰਨ ਕੇ ਰੱਖਦੇ ਆਪਣੇ ਆਪ ਨੂੰ ਜੀ ਉਹਨੇ ਪਾਈ ਹੋਆ ਤੇ ਹੁਣ ਉਹਨੇ ਬੰਨ ਕੇ ਤੇ ਹੁਣ ਉੱਤਰ ਲਗਾਉਣ ਲਾਤੀ ਆ ਠੀਕ ਹੈ ਜੀ ਉਹਨੇ ਆਪਣਾ ਇਹਨੂੰ ਇਹਨਾਂ ਉਹਨੂੰ ਪਕੜ ਪਾਈ ਹੁੰਦੀ ਪਕੜ ਪਾਈ ਹੋ ਵੀ ਜੇ ਡਿਪ ਹੋਏ ਜੀ ਤੇ ਉਹਦੇ ਨਾਲ ਹੀ ਉੱਥੇ ਰਾਜ ਹੀ ਲੜਕ ਜਾਵੇ ਰਾਜ ਹੀ ਲੜਕ ਜਾਵੇ ਹਾਂਜੀ ਜੀ ਥੱਲੇ ਡੇਗੇ ਨਾ ਦੇਖ ਲਓ ਕਿਦਾਂ ਪੈ ਗਿਆ ਉਹਨੇ ਸਾਰਾ ਕੁਝ ਕੀਤਾ ਹੈਗਾ ਸਾਰਾ ਕੁਝ ਕੀਤਾ ਹੈਲੋ ਹਾਂਜੀ ਠੀਕ ਹੈ ਜੀ ਠੀਕ ਹੈ ਅੱਛਾ ਆ ਇਹ ਕੀ ਚੀਜ਼ ਹੈ ਜੀ ਇਹ ਦੱਸਿਓ ਇੱਕ 에어 ਗਨ ਹੈ ਜੀ 에어 ਗਨ ਜਾਨੀ ਦੇਖੋ ਮੈਨੂੰ ਪਹਿਲਾਂ ਦੇ ਦੋ ਨੇਲ ਲਾਉਣ ਵਾਸਤੇ ਮੰਨਣ ਵਾਲੀ ਗੱਲ ਕੋਈ ਨਹੀਂ ਤੁਸੀਂ ਕਹਿੰਦੇ ਹੋ ਲੱਕੜ ਇੱਕ ਲੱਕੜ ਦੂਜੀ ਲੱਕੜ ਨਾਲ ਮੇਖ ਨਾ ਜੋੜਦੇ ਹੋ ਮੇਖ ਨਾ ਮੇਖ ਨਾ ਥੋੜੀਆਂ ਦਿਖਾਓ ਕੋਈ ਥੋੜੀਆਂ 에어 ਗਨ ਸਾਰਾ ਕੁਝ ਹੁੰਦਾ ਉਹ ਮਹਾਰਾਜ ਅਸੀਂ ਕਿਹੜਾ ਗੰਨਾ ਬੰਡੇ ਵਾਲੇ ਰਫਨਾ ਰੱਖਣ ਦੇ ਸ਼ੌਂਕੀ ਹੁੰਦੇ ਗੰਨਾ ਸੜੇ ਨਵੀਂ ਚੀਜ਼ ਨਹੀਂ ਹੈਗੀ ਪਰ ਇਹ ਕਾਦੀ ਗੰਨ ਹੈ ਇਹ 에어 ਗਨ ਹੈ ਇਹਦੇ ਨਾਲ ਤਾਂ ਤੁਹਾਨੂੰ ਆ ਜਾਓ ਅੱਗੇ ਤਾਂ ਹੁੰਦੇ ਚੱਲਦੀ ਤਾਂ ਹੁੰਦੇ ਕਿਤੇ ਕਿਦਾਂ ਇਹ ਚੱਲਦੀ ਆ ਜੀ ਤੇ ਉਹ ਸਾਹਮਣੇ ਬੈਂਸਾ ਵਹਿ ਆ ਤਾਂ ਕਮਾਲ ਕੀਤੀ ਪਈ ਆ ਤੁਸੀਂ ਹਾਂਜੀ ਆ ਸਾਹਮਣੇ ਪਾਣੀ ਪਾਣੀ ਬਿਲਕੁਲ ਪਾਣੀ ਪਾਣੀ ਇਹ ਦਰਿਆ ਜੀ ਨਹੀਂ ਇਹ ਹੈਗਾ ਪੈਸਿਫਿਕ ਓਸ਼ੀਅਨ ਦਾ ਪਾਰਟ ਆ ਬੇਸਿਕਲੀ
ਤੇ ਇਹਨੂੰ ਕਹਿੰਦੇ ਹੈਗੇ ਆ ਡਿਸਕਵਰੀ ਪੈਸੇਜ। ਡਿਸਕਵਰੀ ਪੈਸੇਜ, ਹਾਂਜੀ, ਯਾਨੀ ਰਸਤਾ। ਰਸਤਾ ਜੀ, ਜਿੰਨੇ ਵੀ ਆਪਣੇ ਲਾ ਲਓ ਵੀ ਵੈਨਕੂਵਰ ਤੋਂ ਕਰੂਜ਼ ਸ਼ਿਪ ਆਉਂਦੇ ਆ ਜੀ ਇੱਧਰ। ਜਸ਼ਨ, ਇੱਧਰ ਦੇਖਿਓ ਜੀ, ਇਹ ਹੁਣ ਉੱਪਰ ਚੜ ਪਏ ਨੇ ਬੰਦੇ, ਇਹ ਕੀ ਕਰਨਗੇ ਜੀ ਇੱਥੇ ਹੁਣ? ਇਹ ਹੁਣ ਟਰਸਾਂ ਦਾ ਕੰਮ ਕਰਦੇ ਪਏ ਆ, ਰੂਟ ਦਾ ਕੰਮ ਕਰਦੇ ਪਏ ਹੈਗੇ ਆ। ਅੱਛਾ, ਆਹ ਜਿਹੜਾ ਜਿੱਦਾਂ ਜਦੋਂ ਸੱਟ ਲੱਗ ਜਾਂਦੀ ਹੁੰਦੀ ਸੀ ਨਾ, ਆ ਇਦਾਂ ਦੀ ਚੇਪੀ ਜੀ ਲਾ ਦਿੰਦੇ ਹੁੰਦੇ ਸੀ ਇੰਡੀਆ ਦੇ ਵਿੱਚ। ਅੱਛਾ, ਇਹ ਕੀ ਇੱਕ ਫੱਟੀ ਨੂੰ ਦੂਜੀ ਫੱਟੀ ਨਾਲ ਜੋੜਨ ਵਾਲੀ ਆ ਜਿਹੜੀਆਂ ਲੱਗੀਆਂ ਲੋਹੇ ਦੀਆਂ? ਹਾਂਜੀ, ਇਹ ਜੋੜਿਆ ਜੀ। ਅੱਛਾ ਜੀ। ਅੱਛਾ, ਇਹ ਹੁਣ ਇਹ ਜੋੜਨ ਲਈ ਉਹ ਫੱਟੀ ਉਹਨਾਂ ਦੇ ਕੋਲੇ ਮਸ਼ੀਨ ਨੂੰ ਜੋੜਨ ਲਈ ਆ? ਨਹੀਂ, ਉਹ ਪਹਿਲਾਂ ਜੁੜੀਆਂ ਹੁੰਦੀਆਂ। ਪਹਿਲਾਂ ਜੁੜੀਆਂ ਹੁੰਦੀਆਂ। ਅੱਛਾ, ਇਹ ਬਣ ਕੇ ਆਉਂਦੀ ਆ ਜੀ। ਕੰਮ ਕਰਨ ਲਈ ਵੈਸੇ ਇੱਥੇ ਹੱਥੀਂ ਕੰਮ ਕਰਨਾ ਪੈਂਦਾ, ਸਾਰਾ ਕੰਮ ਹੱਥੀਂ ਹੈ ਜੀ। ਨਹੀਂ, ਜਦੋਂ ਵੈਸੇ ਨਾ ਕੈਨੇਡਾ ਕਹਿੰਦੇ ਹੁੰਦੇ ਵੀ ਉੱਥੇ ਡਾਲਰ ਬੜੇ ਮਿਲਦੇ ਆ, ਮਸ਼ੀਨਾਂ ਹੀ ਸਾਰਾ ਕੰਮ ਕਰਦੀਆਂ, ਪਰ ਇੱਥੇ ਹੱਥੀਂ ਕਰਨਾ ਪੈਂਦਾ ਸਾਰਾ ਕੰਮ ਹੱਥੀਂ। ਯਾਨੀ ਜਿਹੜੇ ਬੰਦੇ ਨਵੇਂ ਆਉਣ ਧਿਆਨ ਰੱਖਣਾ ਵੀ ਹੱਥੀਂ ਕੰਮ ਕਰਨਾ ਪੈਣਾ। ਬਿਲਕੁਲ ਬਿਲਕੁਲ, ਹੱਥੀਂ ਕੰਮ ਤਾਂ ਬਹੁਤ ਕਰਨਾ ਪੈਣਾ ਜੀ। ਚਲੋ, ਹੁਣ ਤੁਸੀਂ ਫਿਰ ਦਿਖਾਇਓ ਜੀ ਮਾੜਾ ਜਿਹਾ ਉੱਧਰ ਕਿ ਕਿੱਦਾਂ ਲਾਉਂਦੇ ਆ ਸਾਰੀਆਂ। ਓਕੇ, ਆਹ ਗੰਨ ਤੇ ਲਾਉਣ ਲੱਗੇ ਹੁਣ? ਸਟਾਰਟਿੰਗ ਦਾ, ਦੇ ਵਾਂਟ ਟੂ ਸੀ ਹਾਊ ਡੂ ਯੂ ਨੇਲ ਇਟ। ਯਾ, ਨਹੀਂ ਇਹਨਾਂ ਕਰਨਾ ਕੀ ਪਹਿਲਾਂ ਇਹ ਦੱਸੋ। ਉਹ ਤੁਹਾਡੀ ਮੇਖ ਕੱਢ ਦਿੱਤੀ ਆ? ਮੇਖ ਕੱਢ। ਅੱਛਾ, ਮੇਖ ਲਾਉਣ ਲਈ ਫੱਟੀ ਦੀ ਥੋੜੀ ਦੀ ਲੋੜ ਨਹੀਂ? ਨਹੀਂ, ਥੋੜੀ ਲੋੜ ਨਹੀਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਯਾਨੀ ਕਿ ਆਹ ਸਾਰਾ ਢਾਂਚਾ ਆ, ਇਹ ਮੁੜ ਕੇ ਲੋਕ ਲੱਕੜ ਦਾ ਢਾਂਚਾ ਸਾਰਾ? ਆ ਲੱਕੜੀ ਤੁਸੀਂ ਲੱਖਾਂ ਦੀ ਮੁੜ ਕੇ ਵੇਚਣੀ ਨਾ? ਹਾਂ, ਲੱਖਾਂ ਦੀ ਮੁੜ ਕੇ ਵੇਚਣੀ। ਚਲੋ ਫੇਰ ਠੀਕ ਹੈ। ਆ ਤਾਂ ਸਾਰੇ ਬੰਦਿਆਂ ਨੇ ਵੈਸੇ ਬੈਂਸ ਸਾਹਿਬ ਹੈਲਮਟ ਪਾਏ ਹੋਆ ਬਈ, ਜ਼ਰੂਰੀ ਹੈ ਜੀ। ਹਾਂਜੀ, ਇੱਕ ਗੱਲ ਹੋਰ ਦੱਸਿਓ, ਇੱਧਰ ਆ ਦੇਖ ਲਓ ਜੀ ਮੇਖਾਂ ਜੀ, ਆਹ ਮੇਖਾਂ ਹੈਗੀਆਂ। ਅੱਛਾ, ਇਹ ਬੰਦੂਕ 'ਚ ਭਰਨੂ ਆ? ਨਹੀਂ, ਇਹ ਡਿਫਰੈਂਟ ਤਰ੍ਹਾਂ ਦੀਆਂ ਜਿਹੜੀ ਬੰਦੂਕ 'ਚ ਭਰ ਵਾਲੀਆਂ ਕਿ ਤੁਹਾਨੂੰ ਦਿਖਾਉਂਦਾ ਆ, ਉਹ ਜਿੱਦਾਂ ਨਾ ਜਿੱਦਾਂ ਮੈਗਜ਼ੀਨ ਪੈਂਦਾ ਆ ਉਹ ਉਦਾਂ ਆ। ਆਹ ਦੇਖੋ, ਠੀਕ ਹੈ ਜੀ, ਚੱਕ ਕੇ ਦੇਖ ਸਕਦੇ ਆ? ਹਾਂ, ਦੇਖ ਲਓ। ਚਲੋ, ਅੱਛਾ, ਉਹ ਜਿਹੜੀ ਮਸ਼ੀਨ ਦੇ ਵਿੱਚ ਪਹਿਲਾਂ ਇਹਦਾ ਉੱਚ ਪੈਣੀ ਹੈ, ਹੋ ਸਕਦਾ ਕਿ ਇੰਡੀਆ ਦੇ ਵੱਡੇ ਸ਼ਹਿਰਾਂ 'ਚ ਵੀ ਹੋਵੇ, ਇਹ ਮੇਖ ਉਹਦੇ ਵਿੱਚ ਪੈਂਦੀ ਆ ਪੈਂਦੀ ਆ, ਤਾਂ ਬਸ ਹੋਰ ਆਪਣੇ ਜਿੱਦਾਂ ਜਿੱਦਾਂ ਯਾਨੀ ਇੱਦਾਂ ਠੱਕ ਠੱਕ ਦੀ ਲੋੜ ਨਹੀਂ, ਅੱਧੇ ਤਾਂ ਉਸਤਾਦ ਇਹੀ ਕਰਕੇ ਕੰਨ ਤੇ ਸੜਦੇ ਹੋ, ਤੂੰ ਮੇਖ ਮਿੰਗੀ ਠੋਕ ਦਿੱਤੀ ਆ। ਹਾਂਜੀ, ਨਹੀਂ, ਇੱਥੇ ਕੁਝ ਕਰਨਾ। ਅੱਛਾ, ਆਹ ਮੇਖਾਂ ਦਾ ਅਸਲਾ ਜਾਣੀ ਉਹ ਆ? ਹਾਂ, ਬਿਲਕੁਲ, ਠੀਕ ਹੈ ਜੀ। ਹਾਂਜੀ, ਆ ਵੀ ਮੇਖਾਂ ਉਹੀ ਪਈਆਂ ਜੀ? ਹਾਂਜੀ, ਸਭ ਇਹ ਡਿਫਰੈਂਟ ਡਿਫਰੈਂਟ, ਜਿਹੜਾ ਮੇਖਾਂ ਕਿਤੇ ਕਿਤੇ ਹੋਰ ਲੱਗਦੀ ਆ, ਕਿਤੇ ਹੋਰ ਲੱਗਦੀ ਆ, ਹੈ ਜੀ, ਉਹ ਵੀ ਉੱਦਾਂ ਹੀ ਪੈਂਦੀਆਂ ਜਿੱਦਾਂ ਉੱਦਾਂ ਮੈਗਜ਼ੀਨ ਲੱਗੇ ਨਾ। ਅੱਛਾ, ਇਹ ਦੇਖ ਲਓ, ਅੱਜ ਦਾ ਨਾ ਆਪੇ ਥੱਲੇ ਪਏ ਹੈਗੇ ਆ, ਇਹ ਸਾਰਾ ਦਾ ਸਾਰਾ ਹੀ ਪੈਕਟ ਲੱਗਣਾ ਵਿੱਚ, ਇਹਦੇ ਵਿੱਚ ਪੈਕਟ ਹੀ ਲੱਗਣਾ। ਹਾਂ, ਠੀਕ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ। ਕੀਪ ਗੋਇੰਗ, ਕੀਪ ਗੋਇੰਗ। ਬੈਂਸ ਸਾਹਿਬ, ਆਹ ਇੱਕ ਗੱਲ ਦੱਸਿਓ, ਹਾਂਜੀ, ਆਹ ਜਿਹੜਾ ਸਮਾਨ ਇਹਨਾਂ ਨੇ ਟੰਗਿਆ, ਇਹ ਸਾਰਾ ਕੁਛ ਕੀ ਆ? ਇਹ ਸਾਰਾ ਭਾਜੀ ਜਿੱਦਾਂ ਆਪਣੇ ਨਾਲ ਕੋਈ ਜਿੱਦਾਂ ਆਪਣੇ ਮਿਸਤਰੀ ਟੰਗ ਛੱਡਦੇ ਆ, ਹਾਂਜੀ ਹਾਂਜੀ, ਉੱਦਾਂ ਇਹਨਾਂ ਕੋਲ ਰੱਖਿਆ, ਪਰ ਇਹ ਸਾਰਾ ਸਮਾਨ ਆਪਣੇ ਹੱਥ 'ਚ ਹੀ ਆ, ਇਹਨਾਂ ਨੂੰ ਚੁੱਕ ਕੇ ਨਹੀਂ ਲਿਜਾਣਾ ਪੈਂਦਾ ਵੀ ਮੈਨੂੰ ਹੁਣ ਚਾਹੀਦੀ ਇੱਕ ਚੀਜ਼ ਚਾਹੀਦੀ ਆ, ਦੂਜੀ ਚੀਜ਼ ਚਾਹੀਦੀ ਆ, ਅਤੇ ਸਾਰਾ ਸਮਾਨ ਜੋ ਇਹਨਾਂ ਨੇ ਲੋਡ ਹੈਗਾ ਆ ਜੀ। ਅੱਛਾ, ਉਹ ਇੱਥੋਂ ਕੱਢ ਕੇ ਉਹ ਲੱਗਾ ਲਾਉਣ ਲੱਗਾ ਲਾਉਣ, ਕਬਜ਼ਾ ਲਾਉਣ ਲੱਗੇ? ਕਬਜ਼ੇ ਲਾਉਣ ਲੱਗੇ। ਅੱਛਾ, ਦੱਸ ਦਿਖਾਓ ਜੀ ਹੁਣ ਕਬਜ਼ੇ ਕਿੱਦਾਂ ਲੱਗਦੇ ਆ? ਉਹ ਦੇਖ ਲਓ ਜੀ, ਕਿਆ ਬਾਤ ਹੈ। ਅੱਛਾ ਬੈਂਸ ਸਾਹਿਬ, ਜਿਹੜੇ ਨਾ ਉਹ ਹੁੰਦਾ ਕਿ ਮੈਂ ਆਪਾਂ ਬਾਅਦ 'ਚ ਸੁੱਖ ਵੀ ਸੁੱਖੀ ਦੀ ਆ ਵੀ ਘਰ ਲੈ ਹੋ ਜਾਵੇ, ਹਾਂਜੀ, ਉਹ ਤੋਂ ਬਾਅਦ ਫਿਰ ਆਪਾਂ ਪਾਠ ਵੀ ਰਖਾਈ ਦਾ, ਸਾਰਿਆਂ ਨੂੰ ਸੱਦੀ ਦਾ, ਉਹ ਘਰ ਜਾਣੇ ਇੱਦਾਂ ਦਾ ਬਣਿਆ ਹੁੰਦਾ? ਹਾਂਜੀ, ਇੱਥੋਂ ਸ਼ੁਰੂ ਹੁੰਦਾ ਜੀ, ਹਰ ਇੱਕ ਘਰ ਸਾਰਾ ਘਰ ਇੱਥੋਂ ਇੱਦਾਂ ਸ਼ੁਰੂ ਹੁੰਦਾ। ਹੁਣ ਇਹਦੇ ਵਿੱਚ ਕੀ ਲਾਉਣਾ ਤੁਸੀਂ ਪਲੇਟ? ਇਹਦੇ ਵਿੱਚ ਇੰਸੂਲੇਸ਼ਨ ਪੈਣੀ ਹੈ ਜੀ, ਪਹਿਲਾਂ ਇਹਦੇ ਪਰ ਪਲਾਈਵੁੱਡ ਲੱਗਣੀ ਆ, ਠੀਕ ਹੈ ਜੀ, ਇਸ ਪਾਸੇ ਫਿਰ ਇੰਸੂਲੇਸ਼ਨ ਪੈਣੀ ਆ, ਠੀਕ ਹੈ, ਉਹ ਤੋਂ ਫਿਰ ਡਰਾਈਵਾਲ ਹੋਣੀ ਆ, ਫਿਰ ਉਹਨਾਂ ਫਿਰ ਜਿਹੜਾ ਸਾਊਂਡ ਜਿਹੜੀ ਹੈਗੀ ਆ ਉਹ ਬੰਦ ਹੋ ਜਾਣੀ। ਅੱਛਾ, ਇਹ ਵੀ ਕਹਿੰਦੇ ਹੁੰਦੇ ਆ ਜੀ ਉੱਥੇ ਕੰਧਾਂ ਇਦਾਂ ਦੀਆਂ ਬਣਦੀਆਂ ਆ ਕਿ ਜਿਹਦੇ ਵਿੱਚ ਠੰਡ ਨਾ ਜਾਂਦੀ ਨਾ ਬਹੁਤੀ ਗਰਮੀ, ਉਹ ਜਿਹੜੀ ਇਨਸੂਲੇਸ਼ਨ ਆ ਉਹ ਰੁਕਦੀ ਆ। ਉਹ ਕਾਹਦੀ ਕੀ ਹੁੰਦੀ ਜੀ ਇਨਸੂਲੇਸ਼ਨ? ਜਾਨੀ ਸਮੁੰਦਰੀ ਝੱਗ ਜੀ,
ਚੱਕ ਨਹੀਂ ਆ ਉਹ ਆਪਣੀ ਰੂਮ ਵਾਂਗੂ ਲਾ ਲਓ ਤੁਸੀਂ ਓਕੇ ਓਕੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਅੱਛਾ ਉਹ ਇਹਦੇ ਵਿੱਚ ਪੂਰੀ ਦੀ ਪੂਰੀ ਪੈ ਜਾਏਗੀ ਹਾਂਜੀ ਉਹਦਾ ਜਦੋਂ ਉਹਨੇ ਇੱਕ ਪਾਸੇ ਤੋਂ ਦਿਖਾਉਂਗਾ ਥੱਲੇ ਜਾ ਕੇ ਉੱਥੇ ਬੋਰਡ ਲੱਗੇ ਹੋਏਗੇ ਜੀ ਤੇ ਉਹ ਅੰਦਰੋਂ ਜਾ ਕੇ ਉਹਨੇ ਭਰ ਦੇਣੇ ਸਾਰਾ ਭਰ ਦੇਣੇ ਆ ਅੱਛਾ ਬੈਂ ਸਾਹਿਬ ਇੱਕ ਚੀਜ਼ ਹੋਰ ਇੱਥੇ ਉਹ ਸਾਹਮਣੇ ਨਾ ਲਾਲ ਰੰਗ ਦੇ ਉਹ ਰੀਬਨ ਜਿਹਾ ਬੰਨੇ ਹੋ ਆ ਉਹ ਕੋਈ ਸ਼ਰਦਾ ਸ਼ਰਦਾ ਜਾਂ ਨਹੀਂ ਕੋਈ ਕੋਈ ਸ਼ਰਦਾ ਨਹੀਂ ਆ ਉਹ ਸਿਰਫ ਉਹ ਨਹੀਂ ਜੋ ਲਿਆਂਦੇ ਸੀਗੇ ਲੰਬੇ ਸੀਗੇ ਟਰੱਕ ਦੇ ਪਿੱਛੇ ਹਾਂ ਹਾਂ ਉਹ ਨਹੀਂ ਪਿੱਛੇ ਬੰਨੇ ਹੋ ਸੀਗੇ ਉਹਦੇ ਨਾਲ ਉਹਦੇ ਹਾਂ ਉਹਦਾ ਹੈ ਠੀਕ ਹੈ ਜੀ ਇਹ ਜਿਹੜੇ ਬੰਦੇ ਕੰਮ ਕਰਦੇ ਸੀ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਨਹੀਂ ਜੀ ਸਾਰੇ ਗੋਰੇ ਸਾਰੇ ਗੋਰੇ ਸਾਰੇ ਗੋਰੇ ਗੋਰੇ ਵੀ ਕੰਮ ਕਰਦੇ ਆ ਗੋਰੇ ਵੀ ਕੰਮ ਕਰਦੇ ਗੋਰੇ ਤੇ ਉਹ ਤੁਹਾਡੇ ਕੋਲ ਕੰਮ ਕਰਦੇ ਆ ਹਾਂਜੀ ਠੀਕ ਹੈ ਜੀ ਤੇ ਆਪਣੇ ਪੰਜਾਬੀ ਬੰਦੇ ਵੀ ਕੰਮ ਕਰਦੇ ਪੰਜਾਬੀ ਬੰਦੇ ਕੰਮ ਕਰਦੇ ਪੰਜਾਬੀਆਂ ਨੇ ਹੁਣ ਆ ਹੈਗਾ ਉਸ ਤੋਂ ਬਾਅਦ ਜਿਹੜੀ ਰੂਫ ਪਾਉਣੀ ਆ ਆਪਣੇ ਪੰਜੇ ਭਾਈਆਂ ਪਾਉਣੇ ਆ ਆਪਣੇ ਭਾਈਆਂ ਨੇ ਪਾਉਣੇ ਹਾਂਜੀ ਠੀਕ ਹੈ ਤੇ ਸਾਈਡਿੰਗ ਲਾਉਣੀ ਆ ਉਹ ਵੀ ਆਪਣੇ ਭਾਈ ਨੇ ਹੁਣ ਤੁਸੀਂ ਦੱਸਿਆ ਸੀ ਨਵੰਬਰ ਦਾ ਕੰਮ ਸਟਾਰਟ ਆ 7 ਮਹੀਨੇ ਹੋ ਗਏ ਆ ਹਾਂਜੀ ਤੇ ਅਜੇ ਤੱਕ ਤਾਂ ਤੁਸੀਂ ਆ ਖੋਖਲਾ ਜਾਂ ਕੰਮ ਲਈ ਫਿਰਦੇ ਹੋ ਹਾਂਜੀ ਭਾਈ ਪਾਰਕਟ ਦੇ ਟਾਈਮ ਬਹੁਤ ਲੱਗ ਜਾਂਦਾ ਪਾਰਕਿੰਗ ਦੇ ਨਾਲ ਜਿਹੜਾ ਕਿਉਂਕਿ ਉਹ ਸਾਰਾ ਕੰਕਰੀਟ ਆ ਹਾਂ ਹਾਂ ਜਿਹੜਾ ਤੁਸੀਂ ਕਹਿੰਦੇ ਸਰੀਆ ਸੀਮੈਂਟ ਉਹ ਸਾਰਾ ਥੱਲੇ ਪੈ ਗਿਆ ਸਾਰਾ ਥੱਲੇ ਪੈ ਗਿਆ ਹਾਂਜੀ ਠੀਕ ਹੈ ਜੀ ਹਾਂਜੀ ਤੇ ਅੱਛਾ ਇੱਕ ਗੱਲ ਹੋਰ ਦੱਸਿਓ ਜਦੋਂ ਬਿਲਡਿੰਗ ਬਣਾਉਨੇ ਆ ਪਚਾਲ ਤੋਂ ਬਚਣ ਦੇ ਲਈ ਹੜ ਤੋਂ ਬਚਣ ਦੇ ਲਈ ਕੋਈ ਸਰਕਾਰ ਕੋਈ ਦਿੰਦੀ ਹੈ ਗਾਈਡਲਾਈਨ ਹਾਂਜੀ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਸਟਰਕਚਰਲ ਜਿਹੜਾ ਇੰਜੀਨੀਅਰ ਰੱਖਿਆ ਉਹਨੇ ਕਰਕੇ ਉਹਨੇ ਦੇਖ ਕੇ ਸਭ ਕੁਝ ਦੱਸਿਆ ਵੀ ਕਿਹੜੀ ਲੰਬਰ ਲੱਗਣੀ ਆ ਕਿਹੜੀ ਕਿਹੜੀ ਕਿੱਥੇ ਲੱਗਣੀ ਆ ਕਿੱਥੇ ਜਿਹੜੇ ਹੈਗੇ ਜਿਹੜੇ ਚੋਇਸ ਪਏ ਉਹ ਲੱਗਣੇ ਹੈਗੇ ਉਹ ਸਾਰਾ ਉਹ ਕਰਕੇ ਦੱਸਦੇ ਆ ਫਿਰ ਉਹਨੂੰ ਫੋਲੋ ਕਰਦੇ ਆ ਵੈਸੇ ਵੈਸੇ ਗੱਲ ਇਦਾਂ ਆ ਕਿ ਆਪਾਂ ਉੱਥੇ ਵੱਧ ਤੋਂ ਵੱਧ ਇੰਡੀਆ 'ਚ ਕੋਸ਼ਿਸ਼ ਕਰੀ ਦੀ ਕਿ ਆਲੇ ਦੁਆਲੇ ਬਾਗਲਾ ਵਧੀਆ ਹੋਵੇ ਗੇਟ ਐਨ ਮੂਹਰੇ ਸੜਕ ਦੇ ਉੱਤੇ ਲੱਗਾ ਹੋਵੇ ਤੇ ਪ੍ਰਵਾਹ ਪ੍ਰਭੂ ਕੋਈ ਨਹੀਂ ਹੁੰਦੀ ਕਿ ਬਾਅਦ 'ਚ ਕੀ ਹੋਣਾ ਪਰ ਇੱਥੇ ਲੱਕੜ ਤਾਂ ਸਾਰੀ ਹੈਗੀ ਆ ਭਜਾਲ ਤੋਂ ਕਿਵੇਂ ਬਚੋਗੇ ਯਾਨੀ ਕੀ ਤਰੀਕਾ ਅਪਣਾ ਲਿਆ ਕੀ ਭਾਈ ਹੁਣ ਇੰਜੀਨੀਅਰ ਨੇ ਦੇਖਿਆ ਉਹਨੇ ਸਾਰਾ ਕੁਝ ਡਿਜ਼ਾਈਨ ਕੀਤਾ ਸਾਰਾ ਕੁਝ ਡਿਜ਼ਾਈਨ ਕੀਤਾ ਇਦਾਂ ਨਹੀਂ ਹੈ ਵੀ ਇਕੱਲੀ ਖੜੀ ਹੈ ਨਾਲ ਬੰਨੀ ਹੋਵੇ ਤੁਹਾਨੂੰ ਦਿਖਾਇਆ ਥੱਲੇ ਉਹਦੇ ਹੁਣ ਸਾਦੇ ਹੈਗੇ ਆ ਜਿਹੜੇ ਇੱਕ ਤੋਂ ਦੂਜੇ ਨਾਲ ਲੱਗਿਆ ਕਨੈਕਸ਼ਨ ਪਾਈਪ ਹੈ ਜਿਹੜਾ ਇੱਕ ਤਰ੍ਹਾਂ ਦਾ ਹਾਂਜੀ ਠੀਕ ਹੈ ਜੀ ਆਓ ਫਿਰ ਦੇਖੀਏ ਕਿ ਉਹ ਕੀ ਅੱਗੇ ਕੰਮ ਕਰ ਹੋਰ ਵੀ ਚੱਲੀ ਜਾਂਦਾ ਅੱਛਾ ਆ ਉਹ ਬੰਦੂਕ ਹੈ ਕਾਵੀ ਹਾਂਜੀ ਇਹ ਵੀ ਹਾਂਜੀ ਇਹ ਕੰਮ ਕਰਦਾ ਲਿਖਾ ਲਾਉਣ ਨੂੰ ਆ ਲਿਖਾ ਉੱਚ ਪਾਈਆਂ ਆ ਲਿਖਾ ਪਾਈਆਂ ਠੀਕ ਹੈ ਜੀ ਹਾਂਜੀ ਅਲਾਓ ਵੀ ਫੇਰ ਨਾ ਕਿ ਉਹ ਕੈਨੇਡਾ ਦੇ ਵਿੱਚ ਜਿਹੜੇ ਘਰ ਬਣਦੇ ਆ ਇਦਾਂ ਦੇ ਬਣਦੇ ਆ ਕੰਸਟਰਕਸ਼ਨ ਦੇ ਵਿੱਚ ਕੰਮ ਕਰਦੇ ਜਦੋਂ ਬੰਦੇ ਕਹਿੰਦੇ ਆ ਤੇ ਇਹਦਾ ਮਤਲਬ ਕਾਫੀ ਮਿਹਨਤ ਦਾ ਕੰਮ ਆ ਬਹੁਤ ਜ਼ਰੂਰੀ ਹੈ ਬਹੁਤ ਹਾਰਡ ਕੰਮ ਹੈ ਯਾਨੀ ਹਰ ਇੱਕ ਤਰ੍ਹਾਂ ਦਾ ਠੰਡ ਵੀ ਹੋ ਸਕਦੀ ਆ ਗਰਮੀ ਵੀ ਹੋ ਸਕਦੀ ਆ ਕੋਈ ਕੰਮ ਇੱਥੇ ਮੀਂਹ ਵੀ ਪੈਣਾ ਆ ਸਨੋ ਵੀ ਪੈਣੀ ਆ ਸਨੋ ਵੀ ਪੈਣੀ ਪਰ ਚੱਲੀ ਜਾਣਾ ਕੰਮ ਚੱਲੀ ਜਾਣਾ ਹਾਂਜੀ ਆ ਲਓ ਜੀ ਕੰਮ ਚੱਲਦਾ ਫਟ ਲਾ ਰਹੇ ਨੇ ਫਟੀਆਂ ਹਾਂਜੀ ਲਾ ਰਹੇ ਨੇ ਫਟੀਆਂ ਦੇਖ ਲਓ ਕਿੱਦਾਂ ਚੱਲ ਰਿਹਾ ਹੈਗਾ ਆਓ ਜੀ ਹੈਲੋ ਆ ਲਓ ਜੀ ਫੱਟੀ ਲੱਗਣ ਲੱਗੀ ਆ ਹੁਣ ਹਾਂਜੀ ਫੱਟੀ ਲੱਗਣ ਲੱਗੀ ਹੈਗੀ ਆ ਠੀਕ ਹੈ ਜੀ ਤੇ ਆ ਲੈਵਲ ਲੱਗਦਾ ਨਾ ਲੈਵਲ ਦਾ ਜਿਹੜਾ ਆਪਣੇ ਉਹ ਰੱਖਦੇ ਹੁੰਦੇ ਸੀ ਉੱਪਰ ਨਿੱਕਾ ਜਿਹਾ ਕਰਕੇ ਪਾਣੀ ਹੁੰਦਾ ਸੀ ਵਿੱਚ ਹਾਂਜੀ 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 ਜੀ ਇਹਦੇ ਵਿੱਚ ਵੀ ਪਾਣੀ ਆ ਵੈਸੇ ਹਾਂਜੀ ਪਾਣੀ ਅੱਛਾ ਇਹ ਜੋੜ ਦਿੱਤੀ ਲੱਕੜੀ ਨਹੀਂ ਸਪੋਰਟ ਦਿੱਤੀ ਆ ਸਪੋਰਟ ਦਿੱਤੀ ਆ ਹਾਂਜੀ ਠੀਕ ਹੈ ਜੀ ਬੱਲੀ ਲਾਈ ਆ ਬੱਲੀ ਲਾਈ ਆ ਜਾਓ ਹਾਂਜੀ ਆ ਜਾਓ ਫਿਰ ਨਾਲ ਦੇਖਦੇ ਹਾਂ ਜੀ ਇਹ ਹੁਣ ਲੈਵਲ ਕਰਨਾ ਲੈਵਲ ਕਰਕੇ ਫਿਰ ਦੇਖ ਕੇ ਹਾਂਜੀ ਬੈਂ ਸਾਹਿਬ ਆ ਜਾਓ ਤੁਸੀਂ ਅੱਗੇ ਅੱਛਾ ਉਹ ਲੈਵਲ ਉਹਨਾਂ ਨੇ ਦੇਖ ਲਿਆ ਠੀਕ ਆ ਠੀਕ ਹੈ ਹਾਂਜੀ ਹੁਣ ਫੱਟੀ ਲਾਉਣਗੇ ਉਹਦੀ ਮਸ਼ੀਨ ਨਹੀਂ ਚੱਲੀ ਅੱਛਾ ਮੈਨੂੰ ਇੱਕ ਗੱਲ ਹੋਰ ਨਹੀਂ ਸਮਝ ਆਈ ਵੀ ਜਦੋਂ ਇਹ ਉੱਪਰ ਚੜ੍ਹਦੇ ਆ ਤੁਸੀਂ ਕਿਹਾ ਸੀ ਕਿ ਇਹਨਾਂ ਨੇ ਰੱਸੇ ਬੰਨੇ ਹੁੰਦੇ ਆ ਉਹ ਰੱਸੇ ਤਾਂ ਥੱਲੇ ਲੰਮਕੇ ਹੁੰਦੇ ਆ ਥੱਲੇ ਉਹ ਹੁਣ ਜਿਹੜੇ ਛੱਤ ਤੇ ਕੰਮ ਕਰਨਾ ਹੁਣ ਇੱਥੇ ਰੱਸੇ ਦੀ ਲੋੜ ਨਹੀਂ ਹੈ ਐਸ ਲੋੜ ਆਪਾਂ ਤਾਂ ਵੈਸੇ ਜੇ ਹੁਣ ਕਿਹਨੇ ਛੱਤ ਪਰ ਕਰਨਾ ਉਹ ਬੰਨੇ ਹੋਣੇ ਨਹੀਂ ਉਹ ਬੰਨ ਕੇ ਪਰ ਰੱਸੇ ਤਾਂ ਥੱਲੇ ਨਹੀਂ ਲੰਮਕੇ ਉੱਪਰ ਬੰਨੇ ਹੁੰਦੇ ਕਿਸੇ ਚੀਜ਼ ਨਾਲ ਉਹ ਆਪਣੇ ਲੱਕ ਨਾਲ ਬੰਨੇ ਹੁੰਦੇ ਨਹੀਂ ਤਾਂ ਦੂਸਰੇ ਪਾਸੇ ਰੱਸਾ ਉਹ ਇਹਨਾਂ ਬੰਨੇ ਹੁੰਦੇ ਇਹਨਾਂ ਬੰਨੇ ਵੀ ਜੇ ਡਿੱਗੇ ਵੀ ਤਾਂ ਥੱਲੇ ਨਹੀਂ ਲੱਗੂ ਹਾਂ ਥੱਲੇ ਉੱਥੇ ਕਿ ਰਹਿ ਜੂ ਠੀਕ ਅੱਛਾ ਪਿੱਲਰ ਫੇ ਕਿੱਥੇ ਕਿ ਦੇਣਾ ਕਿਉਂਕਿ ਪਿੱਲਰ ਆਪਣੇ ਹੁੰਦਾ ਪਿੱਲਰ ਦੇ ਵਿੱਚ ਸੀਮੈਂਟ ਵੱਧ ਪਾ ਦਿਓ ਵੀ ਮਜ਼ਬੂਤੀ ਫੇ ਆਉਂਦੀ ਆ ਨਹੀਂ ਪਿੱਲਰ ਕੋਈ ਨਹੀਂ ਇੱਥੇ ਹਾਂ ਹਾਂ ਪਿੱਲਰ ਕੋਈ ਨਹੀਂ ਹੈਗਾ ਇਹ ਨਾਲ ਦਾ ਵੀ ਆਪਣਾ ਹਾਂਜੀ ਇਹ ਵੀ ਨਾਲ ਦਾ ਹੈ ਹੁਣ ਇਹਦੇ ਵਿੱਚ ਹੁਣ ਜਿਹੜੇ ਕਿਉਂਕਿ ਇੱਥੇ ਹੈਗੀ ਆ ਵਾਲ ਲੱਗਣੀ ਹੁਣ ਸੀਮੈਂਟ ਦੀ ਕੰਧ ਲੱਗਣੀ ਹੈ ਅੱਛਾ ਜੀ ਕਿਉਂਕਿ ਬਿਲਡਿੰਗ ਵੱਡੀ ਲੰਬੀ ਕਰਕੇ ਫਿਰ ਉਹ
ਹੈਗਾ ਰੂਲ ਹੈ ਵੀ ਇਹ ਤੋਂ ਵੱਡੀ ਲੰਬੀ ਬਿਲਡਿੰਗ ਬਣਾ ਨਹੀਂ ਸਕਦੇ ਜੀ ਜੇ ਕੱਲ ਨੂੰ ਅੱਗ ਲੱਗ ਜਾਵੇ ਜੀ ਸਾਰੀ ਬਿਲਡਿੰਗ ਨਾ ਲੂ ਹੋਵੇ ਜਿਹੜਾ ਇੱਕ ਪਾਸਾ ਉਹ ਬਚ ਜਾਵੇ ਅੱਛਾ ਇੱਕ ਮਿੰਟ ਦੱਸਿਓ ਆ ਜਿੱਥੇ ਆਪਾਂ ਖੜੇ ਹਾਂ ਇਹ ਛੱਤ ਆ ਥੱਲੇ ਦਿਖਾਇਓ ਜੀ ਹਾਂਜੀ ਇੱਦਾਂ ਦੀ ਚੀਜ਼ ਦੇ ਉੱਤੇ ਹੀ ਆ ਇਹਦੇ ਉੱਪਰ ਆਹ ਕੁਛ ਹੀ ਆ ਜੀ ਲੈ ਦੇ ਕੇ ਬਸ ਲੈ ਦੇ ਕੇ ਹੀ ਆ ਇਹਨੂੰ ਫਲੋਟਰਸ ਕਹਿੰਦੇ ਆ ਅੱਛਾ ਇਹ ਆ ਜਿਹੜੀ ਲੱਕੜ ਆ ਇਹ ਕਾਫੀ ਮਹਿੰਗੀ ਆ ਕਾਫੀ ਮਹਿੰਗੀ ਆ ਇਹ ਵੈਸੇ ਬਹਿਸ ਸਾਹਿਬ ਇੱਕ ਗੱਲ ਦੱਸਿਓ ਅਸੀਂ 40-50 ਸਾਲ ਪਹਿਲਾਂ ਪੰਜਾਬ 'ਚ ਸ਼ਤੀਰੀਆਂ ਪਾਉਂਦੇ ਹੁੰਦੇ ਲੱਕੜ ਦੀਆਂ ਬਹੁਤ ਸ਼ਤੀਰੀਆਂ ਹੀ ਲਾ ਲਓ ਇਹ ਪਰ ਫਿਰ ਤੁਸੀਂ ਤਾਂ ਸਾਡੇ ਤੋਂ ਪਿੱਛੇ ਹੋਏ ਪਿੱਛੇ ਹੋਏ ਤੁਹਾਡੇ ਅਸੀਂ ਉਦੋਂ ਬਾਲੇ ਪਾਲਣੇ ਸ਼ਤੀਰੀਆਂ ਇੱਕ ਗੱਲ ਹੋਰ ਦੱਸਿਓ ਜਦੋਂ ਅਸੀਂ ਲੱਕੜ ਦੇ ਘਰ ਬਣਾਈਦੇ ਸੀ ਨਾ ਪਹਿਲਾਂ ਛੱਪੜ ਦੇ ਵਿੱਚ 2-2 3-3 ਸਾਲ ਲੱਕੜ ਜਿਹੜੀ ਆ ਗਿੱਲੀ ਕਰਕੇ ਰੱਖਣੀ ਹਾਂਜੀ ਇੱਥੇ ਵਾਲੀ ਲੱਕੜ ਨੂੰ ਕੀ ਕਰਦੇ ਇੱਥੇ ਵੀ ਗਿੱਲੀ ਕਰਕੇ ਰੱਖਦੇ ਆ ਛੱਪੜ 'ਚ ਛੱਪੜ ਨਹੀਂ ਪਾਣੀ 'ਚ ਰੱਖਦੇ ਸਰ ਕਿੰਨਾ ਕੁ ਚਿਰ ਵੀ ਇਹਦਾ ਹਰੇਕ ਡਿਪੈਂਡ ਕਰਦਾ ਕਿਹੜੀ 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 ਹੈਗੀ ਆ ਕਿੰਨੇ ਕਿੰਨੇ ਦੀ ਹੈ ਅੱਛਾ ਮੈਨੂੰ ਇਹ ਦੱਸਿਓ ਕਿ ਹੁਣ ਆ ਲੱਕੜੀ ਆ ਹਾਂਜੀ ਇਹਨੂੰ ਸੇਕ ਵੀ ਲੱਗਣਾ ਘੁਣ ਵੀ ਲੱਗਣਾ ਤੁਸੀਂ ਜਿੰਨਾ ਮਰਜ਼ੀ ਕਹੋ ਅਸੀਂ ਨਹੀਂ ਮੰਨਦੇ ਇਹਨੂੰ ਕੋਈ ਟ੍ਰੀਟ ਕੀਤਾ ਹੁੰਦਾ ਕੋਈ ਟ੍ਰੀਟ ਦੀਆਂ ਕੈਮੀਕਲ ਲਾਉਂਦੇ ਆ ਕੈਮੀਕਲ ਲਾਉਂਦੇ ਵੀ ਜਿਹਦੇ ਨਾਲ ਇਹ ਖਰਾਬ ਨਾ ਹੋਵੇ ਖਰਾਬ ਨਾ ਹੋਵੇ ਚਲੋ ਠੀਕ ਆ ਜੀ ਇਹਦੇ ਵਿੱਚ ਕਿਸਮਾਂ ਵੀ ਆਉਂਦੀਆਂ ਕਿ ਵਧੀਆ ਘਟੀਆ ਹਾਂਜੀ ਜਿਹੜੀ ਹੁਣ ਜਿਹੜੀ ਕੰਸਟਰਕਸ਼ਨ ਹੀ ਹਾਈ ਜਿਹੜੀ ਵੱਡੀਆਂ ਬਿਲਡਿੰਗ ਆ ਉਹਨੂੰ ਕਹਿੰਦੇ ਆ ਗ੍ਰੇਡ 1 ਦੀ ਕੰਸਟਰਕਸ਼ਨ ਕਹਿੰਦੇ ਹੈਗੀ ਆ ਜੀ ਜਿਹੜੀ ਲੱਕੜ ਲੈਣੀ ਹੈਗੀ ਆ ਤੇ ਜਿਹੜੀ ਦੂਜੀ ਆ ਫਿਰ ਉਹ ਡਿਪੈਂਡ ਕਰਦਾ ਜਦੋਂ ਨਾ ਅਸੀਂ ਉੱਥੇ ਘਰ ਬਣਾਈਦਾ ਉੱਥੇ ਲੱਕੜ ਲੈਣ ਮਿਸਤਰੀ ਨੂੰ ਨਾਲ ਲੈ ਕੇ ਜਾਈਦਾ ਮਿਸਤਰੀ ਨੇ ਐ ਹੱਥ ਫੇਰਨਾ ਇਹ ਚੰਗੀ ਆ ਅੱਛਾ ਇਹ ਮਾੜੀ ਆ ਇਦਾਂ ਇੱਥੇ ਵੀ ਹੱਥ ਫੇਰ ਕੇ ਪਤਾ ਲੱਗਦਾ ਇੱਥੇ ਹੱਥ ਲੱਗਦੇ ਇੱਥੇ ਤਾਂ ਜਿਹੜੀ ਕੰਪਨੀ ਨੇ ਤੁਹਾਨੂੰ ਸਮਾਨ ਵੇਚਣਾ ਆ ਉਹਨੇ ਤੁਹਾਨੂੰ ਪ੍ਰਾਈਸ ਦੇ ਦੇਣੀ ਆ ਵੀ ਆ ਗ੍ਰੇਡ 1 ਆ ਗ੍ਰੇਡ 2 ਆ ਗ੍ਰੇਡ 3 ਆ ਅੱਛਾ ਜੀ ਤੁਸੀਂ ਦੇਖ ਲਓ ਵੀ ਕਿਹੜੀ ਲੈਣੀ ਨਹੀਂ ਦੇਖੋ ਵੈਸੇ ਨਾ ਲੱਕੜ ਦੇ ਉੱਤੇ ਸਾਰਾ ਕੁਝ ਖੜਾ ਤੇ ਜੇ ਅਗਲਾ ਗਲਤ ਦੇ ਦੇਵੇ ਝੂਠ ਬੋਲ ਕੇ ਦੇ ਸਕਦੇ ਆ ਨਹੀਂ ਉਹ ਦੱਸਣਾ ਇਨਸਪੈਕਸ਼ਨ ਹੋਣੀ ਹੈ ਇਨਸਪੈਕਸ਼ਨ ਹੋਣੀ ਹੈ ਹਾਂਜੀ ਚਲੋ ਠੀਕ ਹੈ ਹਾਂਜੀ ਚਲੋ ਆਓ ਜੀ ਇਹ ਹੁਣ ਇਹਦੇ ਵਿੱਚ ਅਜੇ ਹਲੇ ਤਾਂ ਭਾਈ ਸਿਰਫ ਇਦਾਂ ਨੀਆਂ ਖੜੀਆਂ ਹੋਈਆਂ ਨੀਆਂ ਖੜੀਆਂ ਹੋਈਆਂ ਇਹਦੇ ਵਿੱਚ ਜੇ ਪਾਣੀ ਦੇ ਪਾਈਪ ਲਾਉਣੇ ਆ ਇਸ ਬਿਲਡਿੰਗ ਤੇ ਹਲੇ ਹਲੇ ਬਿਜਲੀ ਦੇ ਵੀ ਲੱਗਣੇ ਸਭ ਕੁਝ ਲੱਗਣਾ ਹਾਂਜੀ ਹਲੇ ਆਪਣਾ ਜਿਹੜਾ ਤੁਹਾਨੂੰ ਦਿਖਾਇਆ ਨਾ ਬਿਜਲੀ ਦਾ ਤਾਂ ਹੈਗਾ ਜੀ ਅੱਛਾ ਆ ਕੀ ਆ ਇਹ ਬੈਲਟ ਲਾ ਕੇ ਜਿਹੜੇ ਬੰਦੇ ਉੱਪਰ ਕੰਮ ਕਰਦੇ ਆ ਅੱਛਾ ਇਹ ਇਹਨੂੰ ਬੰਨ ਕੇ ਇਹਨੂੰ ਪੈ ਜਾਣੀ ਹੈ ਇਹਦੇ ਉੱਪਰ ਦੀ ਠੀਕ ਆ ਜੀ ਪਾ ਕੇ ਤਾਂ ਫਿਰ ਮੁੜ ਕੇ ਇਹ ਪਾਣੀ ਆ ਸਕਦੀ ਆਪਾਂ ਨੂੰ ਪਾਈ ਸਕਦੇ ਅੱਛਾ ਇਹ ਜਾਨੀ ਸਿਰਫ ਅੱਛਾ ਆ ਹੈਗੇ ਇਹਨਾਂ ਦੇ ਕਲੰਪ ਜਿਹਾ ਜਿਹਦੇ ਨਾਲ ਰੱਸਾ ਬੰਨਣਾ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਹਨਾਂ ਹਾਂ ਇਹਨਾਂ ਬੰਨ ਕੇ ਤਾਂ ਇੱਦਾਂ ਪਿਆ ਓਕੇ ਠੀਕ ਹੈ ਜੀ ਇੱਥੋਂ ਆ ਬੰਨ ਕੇ ਤਾਂ ਫਿਰ ਅਗਲੇ ਪਾਸੇ ਨੂੰ ਚੱਲਣਾ ਜਾਨੀ ਆ ਰੱਸਾ ਕਾਫੀ ਵੈਸੇ ਮਜ਼ਬੂਤ ਆ ਹਾਂਜੀ ਹਾਂਜੀ ਸੁਰੱਖਿਆ ਦਾ ਧਿਆਨ ਰੱਖਿਆ ਸੁਰੱਖਿਆ ਦਾ ਅੱਛਾ ਤੁਸੀਂ ਹੁਣ ਮੈਨੂੰ ਦੱਸਿਓ ਕਿ ਕਿੰਨਾ ਕੁ ਚਿਰ ਹੋ ਗਿਆ ਮੈਨੂੰ ਥੋੜਾ ਜਿਹਾ ਦੱਸਿਆ ਹੀ ਚੇਤਾ ਭੁੱਲ ਜਾਂਦਾ ਕਟਾਈ ਪਾਤਾ ਹੀ ਮਹਾਰਾਜ ਤੁਸੀਂ ਕੋਈ ਨਹੀਂ ਕਟਾਈ ਅੱਛਾ ਜੀ ਇੰਡੀਆ ਨਾਲੋਂ ਚੰਗਾ ਕਟਾਈ ਕਿੰਨਾ ਚਿਰ ਹੋ ਗਿਆ ਜੀ ਕੈਨੇਡਾ ਆਇਆਂ ਨੂੰ ਮੈਨੂੰ ਹੋ ਗਿਆ 24 ਸਾਲ ਹੋ ਗਏ ਸਿੱਧੇ ਇੱਥੇ ਹੀ ਆਏ ਸੀ ਨਹੀਂ ਜੀ ਪਹਿਲਾਂ ਮੈਂ ਰਿਚਮੰਡ ਆ ਗਿਆ ਅੱਛਾ ਜੀ ਰਿਚਮੰਡ ਤੋਂ ਬਾਅਦ ਵੈਨਕੂਵਰ ਗਿਆ ਵੈਨਕੂਵਰ ਬਾਅਦ ਸਰੀ ਗਿਆ ਤੇ ਇੱਥੇ ਮੈਨੂੰ ਹੁਣ ਹੋ ਗਿਆ ਆ 2006 ਦਾ ਇੱਥੇ ਮੂਹ ਹੈ ਅੱਛਾ ਜੀ ਇਹ ਕਿਹੜਾ ਸ਼ਹਿਰ ਹੈ ਜੀ ਇਹ ਕੈਂਬਰ ਰਿਵਰ ਹੈ ਕੈਂਬਰ ਰਿਵਰ ਹੈ ਠੀਕ ਹੈ ਜੀ ਤੇ ਕੰਮ ਕਰ ਆਉਂਦੇ ਹੀ ਫਿਰ ਮਾਲਕ ਬਣ ਗਿਆ ਤੁਸੀਂ ਹੋਟਲ ਜਾਂ ਪੰਪ ਦੇ ਨਹੀਂ ਜੀ ਅੱਛਾ ਜੀ ਥੋੜਾ ਚਿਰ ਕੰਮ ਕੀਤਾ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਮੇਰੇ ਮਾਮਾ ਜੀ ਕੋ ਸੀਗੇ ਗੈਸ ਸਟੇਸ਼ਨ ਜੀ ਤੇ ਉਹਨੇ ਕਾਫੀ ਮੇਰੀ ਹੈਲਪ ਕੀਤੀ ਹੈਲਪ ਕੀਤੀ ਹਾਂਜੀ ਅੱਛਾ ਬੈਂਸ ਸਾਹਿਬ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਮੈਨੂੰ ਕਹਿੰਦੇ ਸੀ ਕਿ ਕੋਈ ਚੀਜ਼ ਇੱਥੇ ਸਿਰ ਤੇ ਚੱਕ ਕੇ ਨਹੀਂ ਲੈ ਜਾਂਦੇ ਮਸ਼ੀਨਾਂ ਲੈ ਜਾਂਦੀਆਂ ਤਾਂ ਆਹ ਜਿਹੜੀਆਂ ਸ਼ੀਟਾਂ ਰੱਖੀਆਂ ਇਹ ਕਾਹਦੇ ਲਈ ਆ ਇਹ ਭਾਜੀ ਹੈਗੀਆਂ ਰੂਫ ਇਦਾਂ ਪਈ ਰੂਫ ਫਲੋਰਿੰਗ ਪੈਣੀ ਇਹ ਸਿਰ ਤੇ ਚੱਕ ਕੇ ਲਿਆਉਂਦੇ ਆ ਸਿਰ ਤੇ ਚੱਕ ਲਿਆਉਂਦੀਆਂ ਥੱਲੇ ਮਸ਼ੀਨ ਹੈਗੀ ਉਹ ਖੜੀ ਆ ਦੇਖੋ ਉਹ ਬਾਹਰੋਂ ਬਾਹਰ ਹੀ ਲੈ ਆਉਂਦੀ ਆ ਉਹ ਬਾਹਰੋਂ ਬਾਹਰੋਂ ਮਸ਼ੀਨ ਹੈ ਉਹਨੂੰ ਜ਼ੂਮ ਬੂਮ ਕਹਿੰਦੇ ਆ ਤੇ ਉਹਨੇ ਸਾਰਾ ਲਿਆ ਕੇ ਸਮਾਨ ਇੱਥੇ ਉੱਪਰ ਠੀਕ ਹੈ ਉੱਪਰ ਰੱਖ ਦੇਣਾ ਹਾਂਜੀ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਚੱਕਣਾ ਫਿਰ ਹੱਥੀ ਚੱਕਣਾ ਹੈ ਇਹ ਇਦਾਂ ਦੀ ਸ਼ੀਟ ਹੀ ਆ ਜਿਹਦੇ ਉੱਪਰ ਆਹ ਸ਼ੀਟ ਹੈ ਸਿਰਫ ਇੰਨੀ ਕੁ ਸ਼ੀਟ ਇੰਨੀ ਸ਼ੀਟ ਹੈ ਹਲੇ ਤੇ ਸ਼ੀਟ ਪੈਣੀ ਹੈ ਤੇ ਉੱਪਰ ਹਲੇ ਲਾ ਲਓ ਵੀ ਥੋੜੀ ਥੋੜੀ ਇਹਦੇ ਉੱਪਰ ਸੀਮੈਂਟ ਵੀ ਪੈਣਾ ਆ ਠੀਕ ਆ ਜੀ ਹਾਂਜੀ ਨਹੀਂ ਮੇਰੀ ਗੱਲ ਸੁਣੋ ਬੈਂ ਸਾਹਿਬ ਆਹ ਗੱਲ ਗਲਤ ਆ ਤੁਸੀਂ ਇੰਨੀ ਕਿ ਦੇਖੋ 2-3 ਇੰਚ ਦੀ ਇਹ ਸ਼ੀਟ 2 ਇੰਚ ਦੀ ਹੋਣੀ ਆ ਹਾਂਜੀ ਹਾਂਜੀ ਅਸੀਂ ਉੱਥੇ ਜਦੋਂ ਲੈਂਟਰ ਪਾਈਦਾ ਨਾ ਤੇ ਪਿੰਡ ਨੂੰ ਸੱਦਾ ਦੇ ਦੀਦਾ ਉਹਦੇ ਇੰਨਾ ਕੁ ਮੋਟਾ ਰੱਖ ਕੇ ਲੈਂਟਰ ਪਾਈਦਾ ਬਜਰੀ ਬੁਜਰੀ ਅਸੀਂ ਫੇਰ ਵੀ 3 ਦਿਨ ਉੱਤੇ ਜਾਈਦਾ ਨਹੀਂ ਕਿ ਕਿਤੇ ਗਿੱਲਾ ਨਾ ਹੋਵੇ ਨਹੀਂ ਭਾਈ ਇਹਦੇ ਉੱਪਰ ਪਹਿਲਾਂ ਸ਼ੀਟ ਲੱਗਣੀ ਆ ਫਿਰ ਉੱਪਰੇ ਤਾਂ ਸੀਮੈਂਟ ਪੈਣਾ ਹੈ ਮਾੜਾ ਮਾੜਾ ਤੇ ਥੜੇ ਪਾਸੇ ਆ ਜੀ ਉਹਦੇ ਇਨਸੂਲੇਸ਼ਨ ਪੈਣੀ ਆ ਫਿਰ ਡਰਾਈਵਲ ਪੈਣੀ ਆ ਗੱਲ ਉੱਥੇ ਇੱਥੇ ਵੀ ਉਨੀ ਆ ਜਾਣੀ ਆ ਪਰ ਸਾਰਾ ਭਾਰਤ ਹੈ ਸ਼ੀਟ ਤੇ ਹੋਣਾ ਨਾ ਸ਼ੀਟ ਚੱਕ ਲੈਂਦੀ ਆ ਸ਼ੀਟ ਤੇ ਨਹੀਂ ਹੈ ਭਾਰ ਹੈਗਾ ਜਿਹੜੀ ਟਰਸੇ ਤੇ ਜਿਹੜੀ ਸਤਰੀਆਂ ਪਾਈਆਂ ਉਹ ਤੇ ਉਹਨਾਂ ਦੇ ਆ ਚਲੋ ਠੀਕ ਹੈ ਜੀ ਹਾਂਜੀ ਹੁਣ ਥੋੜੀ ਜਿਹੀ ਮਸ਼ੀਨਾਂ ਦੇਖਦੇ ਆ ਜੀ ਕਿਹੜੀਆਂ ਮਸ਼ੀਨਾਂ ਤੁਸੀਂ ਕਹਿੰਦੇ ਹੋ ਇਹ ਬੈਂਸ ਸਾਹਿਬ ਆ ਕੀ ਚੱਕਰ ਆ ਜੀ 에ਅਰ ਹੌਰਨ ਇਹ ਭਾਈ ਜੇ ਕੋਈ ਪ੍ਰੋਬਲਮ ਪੈ ਜਾਵੇ ਬਿਲਡਿੰਗ ਦੇ ਵਿੱਚ ਨਹੀਂ ਇਹ ਤਾਂ ਬਣਨ ਤੋਂ ਬਾਅਦ ਹੁੰਦਾ ਨਾ ਵੀ ਉਹ ਖਾਨਾ ਜਿਹਾ ਬਣਿਆ ਇੱਕ ਨਹੀਂ ਨਹੀਂ ਕੋਈ ਤੁਹਾਡੇ ਹੁਣ ਇੱਥੇ ਕੋਈ ਇੱਥੇ ਬੰਦਾ ਹੁਣ ਇੱਥੇ ਉੱਪਰ ਕੰਮ ਕਰਦਾ ਆ ਉਹ ਡਿੱਪਿਆ ਜਾਂ ਕੁਝ ਹੈਗਾ ਆ ਜੇ ਕੋਈ ਇਹਨੂੰ ਕੋਈ ਪ੍ਰੋਬਲਮ ਪੈ ਗਈ ਆ ਤੇ ਇਹਨੂੰ ਬਸ
अच्छा आ एयर हॉर्न 3 शॉर्ट ब्लास्ट फॉर फर्स्ट एड लॉन्ग ब्लास्ट फॉर इवैक्यूएशन हां जी जी ਜੇ ਤਿੰਨ ਵਾਰੀ ਦੱਬਿਆ ਹਾਂ ਤੇ ਹੈਗਾ ਫਸਟ ਏਡ ਵਾਸਤੇ ਜੀ ਤੇ ਜੇ ਇੱਕ ਵਾਰੀ ਦੱਬਿਆ ਲੰਮਾ ਤਾਂ ਫਿਰ ਆ ਮਤਲਬ ਬਿਲਡਿੰਗ ਸਾਰੀ ਖਾਲੀ ਕਰ ਖਾਲੀ ਕਰ ਦਿਓ ਜਿੰਨੇ ਬੰਦੇ ਕੰਮ ਓਕੇ ਇਹ ਇਹਨੂੰ ਹਾਂਜੀ ਜਾਨੀ ਇਹ ਬਿਲਕੁਲ ਨਹੀਂ ਦੱਬਣਾ ਆਪਾਂ ਬਿਲਕੁਲ ਦੱਬਣਾ ਪ੍ਰਸ਼ਾਸਨ ਤਾਂ ਇਹਦਾ ਨਹੀਂ ਗੱਲ ਪਹੁੰਚੂ ਪਹੁੰਚੂਗੀ ਪਹੁੰਚੂਗੀ ਅੱਛਾ ਲਓ ਮਰਾ ਜਾਂ ਫਰਾ ਦਿੰਦੇ ਆਪਾਂ ਹਾਂਜੀ ਅੱਛਾ ਇਹ ਜ਼ਰੂਰੀ ਆ ਆ ਅੱਗ ਲੱਗਣ ਤੋਂ ਇਹ ਅੱਗ ਲੱਗਣ ਤੋਂ ਇਹ ਤੁਹਾਡੇ ਲਈ ਜ਼ਰੂਰੀ ਮਾਲਕ ਨੇ ਲਿਆ ਕੇ ਰੱਖਣਾ ਇਹ ਸਾਡੀ ਰਿਸਪੋਨਸਿਬਿਲਟੀ ਤੁਹਾਡੀ ਰਿਸਪੋਨਸਿਬਿਲਟੀ ਆ ਹਾਂਜੀ ਇਹਨੂੰ ਵੀ ਚੈੱਕ ਕਰ ਸਕਦੇ ਆ ਹਾਂਜੀ ਇਹ ਇਹਦੀ ਮਰਿਆਦ ਹੁੰਦੀ ਇਹ ਵੀ ਚੈੱਕ ਹੁੰਦਾ ਅੱਛਾ ਆ ਕੋਵਿਡ 19 ਦਾ ਪ੍ਰਭਾਵ ਕੰਸਟਰਕਸ਼ਨ ਤੇ ਵੀ ਪਿਆ ਬਿਲਕੁਲ ਜੀ ਬਿਲਕੁਲ ਇਹ ਇੱਥੇ ਵੀ ਜੋ ਵੀ ਹੈਗਾ ਪ੍ਰੋਸੀਜਰ ਹੈਗਾ ਵੀ ਹੱਥ ਸਾਫ਼ ਕਰਨੇ ਸਾਫ਼ ਕਰਨੇ ਤੁਸੀਂ ਲਿਆ ਕੇ ਦਿੰਦੇ ਹੋ ਸਮਾਨ ਉਹ ਸਾਰਾ ਸਮਾਨ ਹੀ ਲਿਆ ਕੇ ਰੱਖਿਆ ਬਾਹਰ ਦੱਸਿਆ ਕਿੱਥੇ ਕਿੱਥੇ ਸੈਂਟਰ ਬਣੇ ਹੈਗੇ ਅੱਛਾ ਜੀ ਹਾਂਜੀ ਵੀ ਜਾਨੀ ਉਹਨਾਂ ਨੇ ਮਾਸਕ ਲਾ ਕੇ ਕੰਮ ਕਰਨਾ ਮਾਸਕ ਦਾ ਤੇ ਐਡਾ ਨਹੀਂ ਗੱਲ ਹੈ ਐਡਾ ਨਹੀਂ ਪਰ ਹੱਥ ਉਹ ਸਾਫ਼ ਕਰਨੇ ਹੈ ਨਾ ਬਸ ਇੱਕ ਦੂਜੇ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖਣੀ ਹਾਂਜੀ ਠੀਕ ਹੈ ਮੈਂ ਸਭ ਇਥੇ ਰੇਲ ਗੱਡੀ ਵੀ ਚੱਲਣੀ ਆ ਨਹੀਂ ਰੇਲ ਗੱਡੀ ਨਹੀਂ ਇੰਡੀਆ 'ਚ ਹੁੰਦਾ ਨਹੀਂ ਤਾਂ ਰੇਲ ਗੱਡੀ ਤੇ ਇਹ ਤੁਹਾਨੂੰ ਦੱਸਿਆ ਜਿਹੜੇ ਹੈਗੇ ਆ ਫਾਇਰ ਐਕਸਟਿੰਗੂਸ਼ਰ ਆਪਣੇ ਜਿਹੜਾ ਸਪ੍ਰਿੰਕਲਰ ਸਿਸਟਮ ਇਹ ਹੋ ਆ ਓਕੇ ਜਿਹੜਾ ਆਪਣੇ ਆਪ ਹੀ ਚੱਲ ਪੈਣਾ ਹਾਂਜੀ ਇਹ ਹੁਣ ਇੱਥੇ ਇੱਕ ਪੈਣੇ ਹਾਲ ਵਿੱਚ ਜੀ ਇਹ ਮੇਨ ਕਨੈਕਸ਼ਨ ਹੈਗਾ ਇਹਦਾ ਕਨੈਕਸ਼ਨ ਉਹਨਾਂ ਨਾਲ ਜੁੜਨਾ ਹਾਂਜੀ ਅੱਛਾ ਜਾਨੀ ਮੰਨ ਲਓ ਖੁਦਾ ਵੈਸੇ ਤੇ ਇਦਾਂ ਕਦੀ ਹੋਣਾ ਨਹੀਂ ਜੇ ਮੰਨ ਲਓ ਇੱਥੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਇੱਥੇ ਆਪਣੇ ਆਪ ਚੱਲ ਪਊਗਾ ਆਪਣੇ ਚੱਲ ਪਊਗਾ ਤਾਂ ਅੱਗ ਵਜਾ ਦੂਗਾ ਅੱਗ ਵਜਾ ਯਾ ਇਹ ਟਾਪ ਹੈ ਜੀ ਇਹ ਬਸ ਇੱਦੇ ਫਿੱਟ ਹੋ ਜਾਣੇ ਆ ਬਸ ਇਹਦਾ ਫਿੱਟ ਹੋ ਜਾਣਾ ਨਾ ਹਾਂਜੀ ਇਹ ਇੱਦਾਂ ਥੱਲੇ ਲੰਮਾ ਪਾ ਕੇ ਫਿੱਟ ਹੋਣਾ ਨਹੀਂ ਜੀ ਇਸ ਇੱਕ ਲੰਮੇ ਵਾਲਾ ਹੋਣਾ ਤੇ ਇੱਕ ਥੱਲੇ ਵਾਲਾ ਇੱਕ ਥੱਲੇ ਵਾਲਾ ਹੋਣਾ ਠੀਕ ਹੈ ਜੀ ਪਰ ਲਾਸਟ ਸਟੈਂਡਿੰਗ ਵਾਲਾ ਜੀ ਇਹ ਹੁਣ ਪੁੱਠਾ ਪਿਆ ਹੈ ਬੇਸਿਕਲੀ ਹਲੇ ਜੀ ਤੇ ਉਹ ਹੈਗਾ ਲੰਮੇ ਵਾਲਾ ਪਿਆ ਅੱਛਾ ਇਸ ਇਦਾਂ ਕਰਕੇ ਹੋਣਾ ਉੱਥੇ ਸਾਬਣ ਸੁਬਣ ਰੱਖਣਾ ਠੀਕ ਹੈ ਜੀ ਅੱਛਾ ਸੁਖੀ ਭਾਜੀ ਇਹ ਗੱਲ ਦੱਸਿਓ ਆ ਹੁਣ ਪਾਈਪਾਂ ਦਾ ਬੰਡਲ ਆ ਗਿਆ ਹਾਂ ਜੀ ਇਹ ਤੁਸੀਂ ਸਿੱਧਾ ਸਪਲਾਈ ਉੱਥੋਂ ਇਹ ਹੁਣ ਉੱਪਰ ਕੱਲਾ ਕੱਲਾ ਪਾਈਪ ਖਿੱਚ ਕੇ ਲੈ ਜਾਣਾ ਨਹੀਂ ਜੀ ਇਹ ਜਿਸ ਹਿਸਾਬ ਨਾਲ ਬੰਡਲ ਵੱਜਾ ਆ ਜੀ ਉਸ ਹਿਸਾਬ ਨਾਲ ਜਿਹੜੀ ਮਸ਼ੀਨ ਖੜੀ ਹੈਗੀ ਆ ਉਹ ਜਿਹੜੀ ਮਸ਼ੀਨ ਆ ਹਾਂ ਜੀ ਜੀ ਉਹਦੇ ਉੱਪਰ ਉਹਨੇ ਚੱਕ ਕੇ ਤਾਂ ਉੱਪਰ ਰੱਖ ਲੈਣੀ ਆ ਹੁਣ ਦੇਖ ਲਓ ਪਾਈਪ ਰੱਖਦੀ ਆ ਉੱਪਰ ਚੁੱਕੇ ਉਹਨੀ ਜੀ ਹੁਣ ਆ ਸਾਰਾ ਸਾਰਾ ਪੈਕਟ ਨਾ ਪੈਕ ਕੀਤਾ ਹੈ ਸਾਰਾ ਬੰਡਲ ਦਾ ਬੰਡਲ ਬੰਡਲ ਦਾ ਬੰਡਲ ਜੀ ਤੇ ਇਦਾਂ ਚੁੱਕ ਕੇ ਉਹਨੀ ਫਲੋਰ ਤੇ ਉੱਥੇ ਰੱਖ ਦੇਣਾ ਹੈ ਅੱਛਾ ਜਿੱਦਾਂ ਉੱਥੋਂ ਫਿਰ ਸਾਰਾ ਉੱਥੋਂ ਫਿਰ ਹੱਥੀ ਜਾਣਾ ਉੱਥੇ ਫਿਰ ਅੱਗੇ ਸਾਰੇ ਫਲੋਰ ਦੇ ਵਿੱਚ ਹੱਥੀ ਜਾਣਾ ਹੱਥੀ ਜਾਣਾ ਯਾਨੀ ਜਿਹੜੇ ਫਲੋਰ ਤੇ ਜਿਹੜੀ ਚੀਜ਼ ਚਾਹੀਦੀ ਆ ਉਹ ਮਸ਼ੀਨ ਨਾਲ ਚੁੱਕ ਮਸ਼ੀਨ ਨੇ ਰੱਖਣੀ ਮਸ਼ੀਨ ਰੱਖਣੀ ਅੱਛਾ ਆ ਇੱਕ ਮੇਰੇ ਲਈ ਵੈਸੇ ਨਾ ਬੜਾ ਹੈਰਾਨੀ ਵਾਲਾ ਮਸਲਾ ਫਸਟ ਏਡ ਹਾਂਜੀ ਇਹ ਤਾਂ ਹਸਪੀਟਲ 'ਚ ਜਾਂ ਕਿਤੇ ਇਸ ਇਹ ਹੈਵ ਟੂ ਆ ਕਿ ਜਿੱਥੇ ਕੰਸਟਰਕਸ਼ਨ ਹੋਣੀ ਆ ਹਾਂਜੀ ਮਾਲਕ ਦੀ ਡਿਊਟੀ ਆ ਮਾਲਕ ਦੀ ਡਿਊਟੀ ਆ ਹਾਂ ਤੇ ਪਲੱਸ ਮਾਲਕ ਦੀ ਇਹ ਡਿਊਟੀ ਆ ਜਿਹੜਾ ਬੰਦਾ ਜਿਹੜਾ ਸਾਈਟ ਸੁਪਰਵਾਈਜ਼ਰ ਹੈ ਜਾਂ ਕੋਈ ਹੋਰ ਬੰਦਾ ਹੈਗਾ ਜੀ ਉਹਦੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਆ ਫਸਟ ਏਡ ਦਾ ਵੀ ਉਹਨੇ ਟ੍ਰੇਨਿੰਗ ਕੀਤੀ ਹੋਣੀ ਚਾਹੀਦੀ ਹੈ ਜੇ ਮਾੜਾ ਮੋਟਾ ਉਹਨਾਂ ਨੂੰ ਕੋਈ ਹੈਗਾ ਆ ਤਾਂ ਉਹ ਫੋਨ ਕਰ ਸਕਦਾ ਹੈ ਕਰ ਸਕਦਾ ਹੈ ਠੀਕ ਹੈ ਜੀ ਹਾਂਜੀ ਤੇ ਇਹ ਸਾਡੇ ਹੈਗੇ ਆ ਜੀ ਮੈਂ ਤੁਹਾਨੂੰ ਬਣਾਉਂਦਾ ਹੈਗੇ ਆ ਇਹ ਆਪਣੇ ਸਾਈਟ ਸੁਪਰਵਾਈਜ਼ਰ ਆ ਹੁਣ ਇਹਨਾਂ ਦਾ ਘਰ ਦਾ ਜਾਣ ਦਾ ਟਾਈਮ ਹੋ ਗਿਆ ਇਸ ਕਰਕੇ ਵਰਦੀ ਬੁੱਢੀ ਲਾ ਲਈ ਨਹੀਂ ਵਰਦੀ ਲਾ ਲਈ ਆ ਹਾਂਜੀ ਚੰਗੇ ਖਾਂਦੇ ਪੀਂਦੇ ਘਰ ਦੇ ਲੱਗਦੇ ਵੈ ਇਹ ਰੌਣ ਹੈ ਜੀ ਇਹ ਇਹਨਾਂ ਨੇ ਕਾਫੀ ਪੈਨਲ ਲਾਏ ਆ ਜੀ ਇੱਥੇ ਹਾਂਜੀ ਇਹ ਜਣੀ ਹਰ ਇੱਕ ਚੀਜ਼ ਨੋਟ ਕਰਕੇ ਦੱਸਦੇ ਆ ਇਹ ਸਾਰਾ ਕੁਝ ਕੰਮ ਕਰਦੇ ਹੈਗੇ ਸਵੇਰੇ ਸ਼ਾਮ ਤਾਂ ਰਿਪੋਰਟ ਕਰਦੇ ਆ ਸਾਰਾ ਰਿਪੋਰਟ ਕਰਦੇ ਜੋ ਕੁਝ ਆਰਡਰ ਕਰਨਾ ਹੈਗਾ ਸਾਰਾ ਕੁਝ ਇਹਨੀ ਕਰਨਾ ਹੈਗਾ ਇਹਨੀ ਕਰਨਾ ਇਹਨੀ ਕਰਨਾ ਔਰ ਕੋਈ ਵੀ ਕੰਮ ਹੁੰਦਾ ਆ ਉਹ ਵੀ ਇਹਨੀ ਦੇਖਣਾ ਹੈਗਾ ਆ ਆ ਕੀ ਜਗਾੜਾ ਜੀ ਇਹ ਹੈਗੀ ਹੈ ਸਾਡੇ ਇਹ ਪੁਰਾਣੀ ਗੱਡੀ ਲਿਆਂਦੀ ਉਹ ਜਾਪਾਨ ਤੋਂ ਸਾਡੇ ਸੁਪਰਵਾਈਜ਼ਰ ਸਾਹਿਬ ਨੇ ਹਾਂਜੀ ਹਾਰਨ ਵੱਜਦਾ ਨੋ ਹਾਰਨ ਹਾਂ ਤੇ ਇਹ ਰੱਖੀ ਹੈ ਉਹਨੇ ਰੱਖ ਕੇ ਮਟੀਰੀਅਲ ਜੀ ਲੈਫਟ ਲੈਫਟ ਸਾਈਡ ਤੇ ਦੂਜੀ ਹਰ ਅੱਛਾ ਇਹ ਰਾਈਟ ਹੈਂਡ ਵਾਲੀ ਆ ਇਹ ਤਾਂ ਇੰਡੀਆ ਵਾਲੀ ਆ ਇੰਡੀਆ ਵਾਲੀ ਆ ਇੰਡੀਆ ਵਾਲੀ ਇਹ ਤਾਂ ਭਜਾ ਸਕਦੇ ਆ ਭਜਾ ਦੇ ਦੀ ਇੰਡੀਆ ਵਾਲੀ ਆ ਹਾਂਜੀ ਅੱਛਾ ਗੇਅਰ ਆ ਜੀ ਇਹਦਾ ਹਾਂਜੀ ਹਾਂਜੀ ਡੰਪ ਬਾਕਸ ਅੱਛਾ ਇਹ ਕਿੱਥੋਂ ਲਿਆਂਦੀ ਆ ਜੀ ਗੱਡੀ ਜਾਪਾਨ ਤੋਂ ਲਿਆਂਦੀ ਆ ਜਾਪਾਨ ਤੋਂ ਲਿਆਂਦੀ ਆ ਤੇ ਜਿੱਦਾਂ ਇੰਡੀਆ ਵਾਲੇ ਪਾਸੇ ਸਟੀਅਰਿੰਗ ਹੁੰਦਾ ਉਧਰਲੇ ਪਾਸੇ ਉਧਰਲੇ ਪਾਸੇ ਇਹਦੇ ਵਿੱਚ ਸਮਾਨ ਢੋਨੇ ਹੋ ਨਹੀਂ ਨਹੀਂ ਇਹ ਤਾਂ ਉਦਾਂ ਹੀ ਵਾਲੇ ਆ ਕੇ ਰੱਖੀ ਹੋਆ ਸ਼ੌਂਕ ਨੂੰ ਸ਼ੌਂਕ ਨੂੰ ਸ਼ੌਂਕ ਦਾ ਗੇੜਾ ਦਿੱਤਾ ਸ਼ੌਂਕ ਦਾ ਗੇੜਾ ਵਾਸਤੇ ਕੀ ਬਾਤ ਆ ਬੈ ਉੱਥੇ ਨਾ ਪਹਿਲਾਂ ਪੁਰਾਣੇ ਟੰਪੂ ਹੁੰਦੇ ਸੀ ਇਦਾਂ ਟੱਪਾ ਟੁੱਪਾ ਸਾਰਾ ਖੁੱਲ੍ਹਿਆ ਹੁੰਦਾ ਸੀ ਨਹੀਂ ਉਦਾਂ ਹੀ ਸ਼ੌਂਕ ਲਈ ਰੱਖੀ ਹੋਆ ਸ਼ੌਂਕ ਲਈ ਰੱਖੀ ਹੋਆ ਠੀਕ ਹਾਂਜੀ ਹਾਂਜੀ ਅੱਛਾ ਜਿਹੜੇ ਬੈਂਸ ਸਾਹਿਬ ਤੁਹਾਡੇ ਸੁਪਰਵਾਈਜ਼ਰ ਨੇ ਇਹ ਇੱਥੋਂ ਦੇ ਲੋਕਲੀ ਹਾਇਰ ਕੀਤੇ ਹੋ ਤੁਸੀਂ ਨਹੀਂ ਇਸ ਕਾਮਿਸ਼ ਤੋਂ ਆਏ ਨੇ ਨਹੀਂ ਕੋਈ ਇਹਨਾਂ ਦੇ ਵਿੱਚ ਖਾਸੀਅਤ ਆ ਹਾਂਜੀ ਇਹਨਾਂ ਦੀ ਬੈਕਗ੍ਰਾਉਂਡ ਕੰਸਟਰਕਸ਼ਨ ਦੀ ਆ ਤੁਹਾਨੂੰ ਕਿਦਾਂ ਮਿਲੇ ਮੈਨੂੰ ਇਹ ਗੈਸਟ ਤੋਂ ਮਿਲੇ ਸੀਗੇ ਅੱਛਾ ਜੀ ਹਾਂ ਤੇ ਉਹ ਤੋਂ ਮਾੜੀ ਮੋਟੀ ਗੱਲਬਾਤ ਹੁੰਦੀ ਰਹਿੰਦੀ ਮਾੜੀ ਮੋਟੀ ਇਹ ਹੁਣ ਜਿੰਨੀ ਦੇਰ ਕੰਸਟਰਕਸ਼ਨ ਦਾ ਕੰਮ ਚੱਲਦਾ ਉਨੀ ਦੇਰ ਰਹਿਣਗੇ ਪਰਿਵਾਰ ਇਹਨਾਂ ਦਾ ਉੱਥੇ ਆ ਪਰਿਵਾਰ ਉੱਥੇ ਆ ਠੀਕ ਹੈ ਜੀ ਇਧਰ ਲੈ ਹੇਨ ਬੰਦੇ ਵੇ ਇੱਥੇ ਹਾਂ ਵਧੀਆ ਕੰਮ ਕਰਦੇ ਆ ਵਧੀਆ ਵਧੀਆ ਠੀਕ ਹੈ ਜੀ ਇੱਕ ਚੀਜ਼ ਲਾਸਟ ਹੋਰ ਦੱਸਿਓ ਕਿ ਇੱਥੇ ਹੁਣ ਆਲੇ ਦੁਆਲੇ ਕਿਤੇ ਖੇਤ ਖੂਤ ਵੀ ਹੈ ਨਹੀਂਗੇ ਇੰਨੇ ਕਾਰੀਗਰ ਇੱਥੇ ਬੰਦੇ ਕੰਮ ਕਰਦੇ ਆ ਮਾੜੀ ਮੋਟੀ ਕੋਈ ਜੰਗਲ ਪਾਣੀ ਦੀ ਹਾਜ਼ਰੀ ਵਾਸ਼ਰੂਮ ਕਿਸ ਨੇ ਜਾਣਾ ਹਾਂਜੀ ਪੋਰਟਲ ਵਾਸ਼ਰੂਮ ਹੈ ਜੀ
ਰੱਖਣਾ ਪੈਂਦਾ ਰੱਖਣਾ ਪੈਂਦਾ ਸਾਰਿਆਂ ਨੂੰ ਹਾਂਜੀ ਰੱਖਣਾ ਪੈਂਦਾ ਆ ਠੀਕ ਹੈ ਜੀ ਤੇ ਪਾਣੀ ਸਾਨੂੰ ਸਪਲਾਈ ਕਰਨਾ ਪੈਂਦਾ ਜਿਹੜਾ ਡਰਿੰਕਿੰਗ ਵਾਟਰ ਹੈ ਡਰਿੰਕਿੰਗ ਵਾਟਰ ਹਾਂਜੀ ਠੀਕ ਹੈ ਬਾਕੀ ਜਿਹੜਾ ਖਾਣਾ ਪਾਣੀ ਆ ਜੀ ਉਹ ਸਾਰਾ ਉਹਦਾ ਆਪਣਾ ਤੇ ਮੈਂ ਅੱਜ ਇਹ ਗੱਲ ਸਾਰਿਆਂ ਨੂੰ ਜ਼ਰੂਰ ਦੱਸ ਦੇਵਾਂ ਕਿ ਇਸ ਵੇਲੇ ਅਸੀਂ ਜਿਹੜੀ ਬਿਲਡਿੰਗ ਦੇ ਸਾਹਮਣੇ ਖੜੇ ਹਾਂ ਇਹ ਸਾਰੀ ਬਿਲਡਿੰਗ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਸੁਖੀ ਬੈਂਸ ਹੋਰਾਂ ਦੀ ਆ ਬਣ ਰਹੀ ਆ ਲੱਕੜ ਦਾ ਕੰਮ ਕਰ ਸਾਰਾ ਤੁਸੀਂ ਦੇਖ ਲਿਆ ਕੁੱਲ 90 ਘਰ ਇੱਥੇ ਬਣਨੇ ਨੇ ਆ ਬਿਲਕੁਲ ਇਸ ਸਮੁੰਦਰ ਦੇ ਫਰੰਟ ਦੇ ਉੱਤੇ ਆ ਕੀਮਤ ਕੁਮਤ ਵਾਹ ਵਾਹ ਹੋਣੀ ਆ ਪਰ ਇਹ ਮੇਰੇ ਲਈ ਵੀ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਆ ਜਿੰਨੀ ਲੱਕੜੀ ਤੁਸੀਂ ਦੇਖ ਰਹੇ ਹੋ ਪੀਲੇ ਰੰਗ ਦੀ ਇਹਦੇ ਵਿੱਚ ਕੋਈ ਸੀਮੈਂਟ ਨਹੀਂ ਕੋਈ ਇੱਟ ਨਹੀਂ ਅਤੇ ਕੋਈ ਕੁਛ ਨਹੀਂ ਪਰ ਇੰਨੀ ਗੱਲ ਸੁੱਖੀ ਭਾਅ ਜੀ ਜ਼ਰੂਰ ਹੈ ਕਿ ਕੰਮ ਸੱਚੀ ਮੁੱਚੀ ਮਿਹਨਤ ਦਾ ਭਾਵੇਂ ਕੋਈ ਗੋਰਾ ਕਰੇ ਭਾਵੇਂ ਕੋਈ ਆਪਣਾ ਬੰਦਾ ਕਰੇ ਨਾ ਹਾਂ ਇਹਨਾਂ ਕਿ ਟੈਕਨੀਕ ਥੋੜ੍ਹੀ ਜਿਹੀ ਹੈਗੀ ਡਿਫਰੈਂਟ ਕੁਝ ਸਹੂਲਤਾਂ ਹੈਗੀਆਂ ਜਿੱਦਾਂ ਵਾਸ਼ਰੂਮ ਦੀ ਹੋ ਗਈ ਸੇਫਟੀ ਦੀ ਹੋ ਗਈ ਇਹੀ ਉੱਪਰ ਚਲੇ ਜਾਓ ਬਸ ਇਹ ਉੱਪਰ ਹੁਣ ਉੱਥੇ ਖੜ ਕੇ ਖੜੀ ਕਰਕੇ ਮੋਰਲੇ ਸ਼ਕੰਜੇ ਤੇ ਜਾਨੀ ਸਮਾਨ ਲੱਦ ਲੈਣਾ ਮੋਰਲੇ ਸਮਾਨ ਲੱਦ ਕੇ ਜੀ ਤੇ ਬਸ ਉੱਪਰੋਂ ਨੇ ਜਿੰਨੀ ਹੈਗੀ ਹੈ ਜਾਈ ਜਾਣੀ ਹੈ ਤਾਂ ਨੂੰ ਉਹ ਦੇਖ ਲਓ ਕਿਦਾਂ ਉੱਪਰੋਂ ਖੁੱਲਦੀ ਜਾਂਦੀ ਆ ਉਹ ਤੇ ਇਦਾਂ ਕਰਕੇ ਤਾਂ ਨੂੰ ਇਹ ਜਾਈ ਜਾਣੀ ਹੈਗੀ ਆ ਦਾਉਣ ਵਾਲਾ ਸਮਾਨ ਇਹ ਆ ਜਿਹੜਾ ਬਾਕਸ ਜਿਹਾ ਹੈਗਾ ਇਹ ਜਿੰਨੀ ਵੀ ਲੱਕੜ ਟੁੱਟੀ ਭੱਜੀ ਹੈਗੀ ਆ ਇਹ ਸਾਰੀ ਡੰਪ ਚ ਸਿੱਟਣ ਨੂੰ ਉਹ ਸਿੱਟੀ ਜਾਂਦੇ ਨਾਲ ਨਾਲ ਉਹ ਇੱਥੇ ਲੈ ਆਉਣ ਲੈ ਆਉਣੀ ਉਹਨੇ ਇੱਦਾਂ ਹੀ ਸਾਰਾ ਸਮਾਨ ਉੱਪਰਲੀ ਫਲੋਰ ਤੱਕ ਪਹੁੰਚ ਜਾਣਾ ਪਹੁੰਚ ਜਾਣਾ ਯਾਨੀ ਇਕੱਲਾ ਇਕੱਲਾ ਬੱਠਲ ਭਰ ਕੇ ਲਿਆਉਣ ਦੀ ਲੋੜ ਨਹੀਂ 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 ਇੱਦਾਂ ਉਹ ਨਹੀਂ ਰੱਖਿਓ ਇੱਦਾਂ ਹੁਣ ਦੇਖ ਲਓ ਇੱਥੇ ਨੋਟਿਸ ਕੀਤਾ ਹੋਣਾ ਉੱਪਰ ਕੀਤਾ ਹਾਂਜੀ ਰੱਖਿਆ ਉਹ ਨਹੀਂ ਜਿੰਨਾ ਸਮਾਨ ਵਾਲਾ ਲੱਕੜ ਜਿਹੜੀ ਛੋਟੀ ਬੜੀ ਵੇਸਟ ਵਾਲੀ ਲੱਕੜ ਆ ਜੀ ਉਹ ਸਾਰੀ ਉਹਨੇ ਸਿੱਟੀ ਜਾਣੀ ਆ ਉਹ ਡੰਪਸਟਰ ਰੱਖਿਆ ਉਹ ਲਾਤਾ ਉਹਨਾਂ ਨੇ ਨਾ ਹਾਂਜੀ ਤੇ ਜਿਹੜੀ ਆਪਾਂ ਕਰਦੇ ਹਾਂ ਲੱਕੜ ਹਾਂਜੀ ਆਹ ਬੰਡਲ ਆਇਆ ਹੋਇਆ ਜੀ ਠੀਕ ਹੈ ਜੀ ਤੇ ਉਹ ਥੱਲੇ ਜਿਹੜੇ ਬੰਡਲ ਹੋ ਇੱਦਾਂ ਪੈਕ ਹੋ ਕੇ ਆਉਂਦੇ ਅੱਛਾ ਲੱਕੜ ਦਾ ਬੰਡਲ ਜਿਹੜਾ ਇਹ ਆ ਹਾਂਜੀ ਇਹ ਬੰਡਲ ਹੈ ਜਿਹਦਾ ਆਹ ਪਲਾਈਵੁੱਡ ਹੈ ਜਿਹੜੀ ਆਪਾਂ ਉੱਤੇ ਛੱਤ ਪੈਂਦੀ ਸੀ ਛੱਤ ਪੈਂਦੀ ਸੀ ਹਾਂਜੀ ਤੇ ਉਹ ਹੈਗੇ ਲੱਕੜ ਜਿਹਨਾਂ ਇਹ ਪਲਾਈਵੁੱਡ ਦਾ ਬੰਡਲ ਦਾ ਬੰਡਲ ਉੱਪਰ ਲੈ ਜਾਣਾ ਉੱਪਰ ਲੈ ਜਾਣਾ ਉੱਪਰ ਹੈਗਾ ਉੱਪਰ ਰੱਖਿਆ ਕੋਈ ਜੀ 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 ਉਸ ਤੋਂ ਬਾਅਦ ਇਹ ਸਾਰਾ ਮੈਨੂਅਲੀ ਫਿਰ ਕੱਲਾ ਕੱਲਾ ਚੁੱਕ ਕੱਲਾ ਕੱਲਾ ਉੱਪਰ ਚੁੱਕ ਕੇ ਜਾਣਾ ਚਲੋ ਠੀਕ ਹੈ ਜੀ ਤਾਂ ਮਸ਼ੀਨ ਵੀ ਚੱਲਦੀ ਦੇਖ ਲਈ ਆ ਤੇ ਬੰਡਲ ਵੀ ਦੇਖ ਲਿਆ ਤੇ ਉੱਪਰ ਜਾਂਦਾ ਵੀ ਸਮਾਨ ਦੇਖ ਲਿਆ ਬੈਂਸ ਸਾਹਿਬ ਤੁਸੀਂ ਉਹ ਸਾਰੀ ਚੀਜ਼ ਜਿਹੜੀ ਆ ਉਹ ਦੱਸੀ ਸੀ ਕਿ ਕਿਵੇਂ ਤੁਸੀਂ ਆ ਕੇ ਪਹਿਲਾਂ ਜਿੱਦਾਂ ਸਾਰੇ ਬੰਦੇ ਨਵੇਂ ਆ ਕੇ ਇੱਥੇ ਕੰਮ ਕਰਦੇ ਆ ਉਹ ਕੰਮ ਕੀਤਾ ਉਹਦੇ ਤੋਂ ਬਾਅਦ ਹੌਲੀ ਹੌਲੀ ਕਦੇ ਤੇਲ ਵਾਲੇ ਪੰਪ ਉਹਦੇ ਤੋਂ ਬਾਅਦ ਹੋਟਲ ਦਾ ਕਾਰੋਬਾਰ ਹੁਣ ਕੰਸਟਰਕਸ਼ਨ ਦੇ ਵਿੱਚ ਸ਼ੁਰੂ ਕਰ ਲਿਆ ਜਿਹੜੇ ਨਵੇਂ ਇੱਥੇ ਵਿਦਿਆਰਥੀ ਜਾਂ ਆਮ ਲੋਕ ਆਉਂਦੇ ਆ ਉਹਨਾਂ ਦੇ ਲਈ ਕੋਈ ਸੁਨੇਹਾ ਕਿ ਕਿਵੇਂ ਸਫਲ ਹੋਇਆ ਜਾ ਸਕਦਾ ਕਿਤੇ ਆਉਂਦੇ ਬੰਦਾ ਸਫਲ ਥੋੜ੍ਹੀ ਹੁੰਦਾ ਨਹੀਂ ਬਿਲਕੁਲ ਨਹੀਂ ਹਰੇਕ ਚੀਜ਼ ਦਾ ਸਟੈਪ ਹੈ ਸਟੈਪ ਦੇ ਸਟੈਪ ਬਾਈ ਸਟੈਪ ਆ ਬਾਕੀ ਇਸ ਮੁਲਕ ਦੇ ਵਿੱਚ ਇਹ ਆ ਵੀ ਜੇ ਤੁਸੀਂ ਮਿਹਨਤ ਕਰਦੇ ਆ ਨਾ ਤੇ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਮਿਲਦਾ ਜੀ ਹਾਂਜੀ ਅਤੇ ਬਾਕੀ ਜਿਹੜੀ ਹੈਗੀ ਆ ਇਮਾਨਦਾਰੀ ਅਤੇ ਹਾਰਡ ਵਰਕਿੰਗ ਜਿਹੜੀ ਹੈਗੀ ਆਲਵੇਜ਼ ਪੇਡ ਨਹੀਂ ਕਈ ਵਾਰੀ ਇੱਦਾਂ ਕਹਿ ਦਿੰਦੇ ਹੁੰਦੇ ਆ ਸਾਰੇ ਬੰਦੇ ਕਿ ਭਾਈ ਪਹਿਲਿਆਂ ਦਾ ਉਹ ਬਾਣੇ ਬੁਣ ਗਿਆ ਹੁਣ ਨਵਾਂ ਬਹੁਤ ਔਖਾ ਕਿ ਹੋ ਜਾਂਦਾ ਜੇ ਕਰੀਏ ਦੇਖੋ ਜੀ ਇਸ ਟਾਈਮ ਜਿਹੜੇ ਅਸੀਂ ਬੱਚੇ ਆ ਰਹੇ ਆ ਨਾ ਜੀ ਉਹ ਤਾਂ ਬਹੁਤ ਸੌਖੀ ਜ਼ਿੰਦਗੀ 'ਚ ਆ ਰਹੇ ਆ ਜੀ ਜਦੋਂ ਅਸੀਂ ਇਹਦੀ ਅਸੀਂ ਵੀ ਸੌਖੇ ਆਏ ਸੀਗੇ ਸੌਖੇ ਆਏ ਸੀ ਜਿਹੜੇ ਸਾਡੇ ਬਜ਼ੁਰਗ ਇੱਥੇ ਆਏ ਹੋ ਪਹਿਲਾਂ ਜੀ ਤੁਸੀਂ ਮੈਂ ਦੇਖੀ ਤੁਹਾਡੀ ਇੰਟਰਵਿਊ ਪਹਿਲਾਂ ਬਜ਼ੁਰਗਾਂ ਦੀਆਂ ਉਹਨਾਂ ਨੇ ਬਹੁਤ ਘਾਲਣਾ ਕਰੀਆਂ ਜੀ ਨਹੀਂ ਚਲੋ ਬਹੁਤ ਸ਼ੁਕਰੀਆ ਬੈਂਸ ਸਾਹਿਬ ਉਮੀਦ ਕਰਦੇ ਹਾਂ ਕਿ ਤੁਹਾਡਾ ਸੁਨੇਹਾ ਵੀ ਜਿਹੜੇ ਨਵੇਂ ਬੰਦੇ ਕੈਨੇਡਾ ਦੇ ਵਿੱਚ ਆਉਂਦੇ ਉਹਨਾਂ ਤੱਕ ਪਹੁੰਚ ਗਿਆ ਹੋਣਾ ਸੋ ਸਾਰੇ ਜਣੇ ਭਾਈ ਸੇਫਟੀ ਵਾਲਾ ਪ੍ਰਬੰਧ ਪ੍ਰਬੰਧ ਕਰਕੇ ਰੱਖੋ ਜਦੋਂ ਕੰਸਟਰਕਸ਼ਨ ਕਰਦੇ ਕਦੇ ਭਾਰਤ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਜਿਹਦੇ ਨਾਲ ਕਿ ਜਾਨਾਂ ਅਤੇ ਸਰੀਰਕ ਨੁਕਸਾਨ ਬਚੂਗਾ ਬੈਂਸ ਸਾਹਿਬ ਤੁਹਾਡੀ ਤਰੱਕੀ ਦੇ ਲਈ ਭਵਿੱਖ ਦੇ ਲਈ ਸਾਡੇ ਵੱਲੋਂ ਸ਼ੁਭ ਇਸ਼ਾਵਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਇਹ ਦਿਖਾ ਲਿਆ ਸੀ ਕਿ ਕੈਨੇਡਾ ਦੇ ਵਿੱਚ ਬਿਲਡਿੰਗ ਦਾ ਨਿਰਮਾਣ ਜਿਵੇਂ ਕਿਵੇਂ ਹੁੰਦਾ ਇਮਾਰਤ ਸਾਜੀ ਕਿਵੇਂ ਦੀ ਆ ਬਿਨਾਂ ਸੀਮੈਂਟ ਤੋਂ ਕੰਕਰੀਟ ਤੋਂ ਬਿਨਾਂ ਲੋਹੇ ਤੋਂ ਸਾਰੀਆਂ ਚੀਜ਼ਾਂ ਅਤੇ ਸੁਰੱਖਿਆ ਦਾ ਖਿਆਲ ਕਿਵੇਂ ਰੱਖਿਆ ਜਾਂਦਾ ਜੇ ਐਪੀਸੋਡ ਤੁਹਾਨੂੰ ਪਸੰਦ ਆਇਆ ਤਾਂ ਫਿਰ ਤੁਸੀਂ ਦੱਸਿਓ ਜ਼ਰੂਰ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਲੱਕੜੀ ਦਾ ਕੰਮ ਕਰਨ ਵਾਲੇ ਕੀ ਪ੍ਰਬੰਧ ਕਰਕੇ ਰੱਖਦੇ ਆ ਲੋਹੇ ਦਾ ਕੰਮ ਕਿਵੇਂ ਹੁੰਦਾ ਬਿਜਲੀ ਦਾ ਕੰਮ ਕਰਨ ਵਾਲਿਆਂ ਨੂੰ ਕੀ ਲੋੜਾਂ ਪੈਂਦੀਆਂ ਯੰਤਰ ਕਿਹੜੇ ਆ ਕਿਵੇਂ ਕੰਮ ਕਰਦੇ ਆ ਸੋ ਸਾਰਾ ਕੁਝ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਥੇ ਦਿਓ ਪਰਮਵੀਰ ਸਿੰਘ ਬਾਠ ਨੂੰ ਆ ਗਿਆ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ